ਪ੍ਰਗਟ ਪਈ ਹੈ ਸਭ ਨਿਖਾਈ ਗੁਰ ਜੈਸਾ ਨਾਹੀ ਕੋ ਦੇਵਾ ਗੁਰ ਜੈਸਾ ਨਾਹੀ ਕੋ ਦੇਵਾ ਸਤਿਗੁਰ ਮੇਰਾ ਤਾਣ ਨਿਤਾਣ ਸਤਿਗੁਰ ਮੇਰਾ ਤਾਣ ਨਿਤਾਣ ਸਤਿਗੁਰ ਮੇਰਾ ਘਰ ਦੀਵਾਨ ਘਰ ਦੀਵਾਨ ਸਤਿਗੁਰ ਕੈ ਵਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਪ੍ਰਗਟ ਮਾਰਗ ਕਰ ਦਿਖਲਾਇਆ ਗੁਰ ਜੈਸਾ ਨਾਹੀ ਕੋ ਦੇਵਾ ਗੁਰ ਜੈਸਾ ਨਾਹੀ ਕੋ ਦੇਵਾ ਜਿਨ ਗੁਰ ਸੇਵਿਆ ਤਿਨ ਭਾਉਨਾ ਵਿਆਪੈ ਜਿਨ ਗੁਰ ਸੇਵਿਆ ਇਸ ਭਾਉਨਾ ਵਿਆਪੈ ਜਿਨ ਗੁਰ ਸੇਵਿਆ ਇਸ ਦੁੱਖ ਨਾ ਸੰਤਾਪੈ ਜਿਨ ਗੁਰ ਸੇਵਿਆ ਦੁੱਖ ਨਾ ਸੰਤਾਪੈ ਗੁਰ ਜੈਸਾ ਨਾਹੀ ਕੋ ਦੇਵਾ ਗੁਰ ਜੈਸਾ ਨਾਹੀ ਕੋ ਦੇਵਾ ਨਾਨਕ ਸੋ ਦੇ ਸਿਮਰਤ ਵੇਦ ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਗੁਰ ਜੈਸਾ ਨਾਹੀ ਕੋ ਦੇਵਾ ਗੁਰ ਜੈਸਾ ਨਾਹੀ ਕੋ ਦੇਵਾ ਜਿਸ ਮਸਤਕ ਪਾਗ ਸੋਲਾ ਗਾ ਸੇਵਾ ਜਿਸ ਮਸਤਕ ਪਾਗ ਸੋਲਾ ਗਾ ਸੇਵਾ ਗੁਰ ਜੈਸਾ ਨਾਹੀ ਕੋ ਦੇਵਾ ਗੁਰ ਜੈਸਾ ਨਾਹੀ ਕੋ ਦੇਵਾ ਗੁਰ ਜੈਸਾ
ਗੁਰੂ ਸਵਾਰੀ ਸਾਧ ਸੰਗਤ ਜੀ ਬੜਭਾਗੇ ਹੋ। ਜੁਗੋ ਜੁਗ ਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਅੱਜ ਦੂਸਰੇ ਦੀਵਾਨ ਦੀਆਂ ਹਾਜ਼ਰੀਆਂ ਭਰਨ ਦੇ ਵਾਸਤੇ ਆਪੋ ਆਪਣੇ ਕੀਮਤੀ ਕੰਮਾਂ ਕਰਨ ਨੂੰ ਸੰਕੋਚਦੇ ਹੋਏ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਪਹੁੰਚ ਕਰਕੇ ਹਾਜ਼ਰੀਆਂ ਭਰ ਰਹੇ ਹੋ। ਜਥੇ ਦੀ ਇਤਨੀ ਕੁ ਹਾਜ਼ਰੀ ਪ੍ਰਵਾਨ ਕਰਦੇ ਹੋਇਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਬਖਸ਼ਣਯੋਗ ਨੇ ਔਰ ਰਹਿੰਦਾ ਹੋਇਆ ਸਮਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਪਹੁੰਚੇ ਉਹਨਾਂ ਦੇ ਕੋਲੋਂ ਲਾਹ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਸੁਖਰਾਮ ਸਿੰਘ ਜੀ, ਜੋ ਗੁਰਦੁਆਰਾ ਸਾਹਿਬ ਸਾਧਨ ਪਿੰਡ ਸਾਧਨਵਾਸ ਵਿਖੇ ਹੈੱਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਹਨ। ਸੋ ਹੁਣ ਬੇਨਤੀ ਹੈ ਸੰਗਤ ਜੀ ਕਿ ਆਪਣੇ ਵਿਚਕਾਰ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਖਾਲਸਾ ਕਪੂਰਥਲੇ ਵਾਲੇ, ਜੋ ਮੰਜੀ ਸਾਹਿਬ ਤੋਂ ਗੁਰਮਤਿ ਵਿਚਾਰਾਂ ਕਰਦੇ ਹਨ, ਉਹ ਆਪਣੇ ਵਿਚਕਾਰ ਪਹੁੰਚ ਚੁੱਕੇ ਨੇ। ਲਗਭਗ 1 ਵਜੇ ਉਹਨਾਂ ਦਾ ਸਮਾਂ ਜਿਹੜਾ ਸ਼ੁਰੂ ਹੋਵੇਗਾ। ਉਹਨਾਂ ਦੇ ਪਾਸੋਂ ਆਪਾਂ ਗੁਰਮਤਿ ਵਿਚਾਰਾਂ ਸਰਵਣ ਕਰਨੀਆਂ ਨੇ। ਇਸ ਕਰਕੇ ਬੇਨਤੀ ਹੈ ਸੰਗਤ ਜੀ ਕਿ ਸਰਬੱਤ ਸਿੱਖ ਸੰਗਤਾਂ ਆਪੋ ਆਪਣੇ ਕੰਮਕਾਰਾਂ ਤੋਂ ਵਿਹਲੇ ਹੋ ਕੇ ਪੰਡਾਲ ਵਿੱਚ ਸੱਜਣ ਦੀ ਕਿਰਪਾਲਤਾ ਕਰੋ, ਤਾਂ ਜੋ ਆਪਾਂ ਇਹ ਸਮਾਗਮ ਜੋ ਉਲੀਕੇ ਗਏ ਨੇ ਇਹਨਾਂ ਦੇ ਕੋਲੋਂ ਪੂਰਾ ਪੂਰਾ ਲਾਹਾ ਪ੍ਰਾਪਤ ਕਰ ਸਕੀਏ ਜੀ। ਸੋ ਹੁਣ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਖਾਲਸਾ ਜੰਡਾਲਾ ਗੁਰੂ ਕਾ ਸਿੱਖ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਸੋ ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ। 1 ਘੰਟਾ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਗੁਰਮਤਿ ਵਿਚਾਰਾਂ ਕਰਕੇ ਗੁਰੂ ਕੀ ਕਥਾ ਵਾਰਤਾ ਨਾਲ ਸਿੱਖ ਸੰਗਤਾਂ ਨੂੰ ਜੋੜਨਗੇ। ਸੋ ਆਓ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਖਾਲਸਾ ਗੁਰੂ ਕਾ ਜੰਡਾਲਾ, ਇਹਨਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ ਸਤਨਾਮ, ਧੰਨ ਵਾਹਿਗੁਰੂ ਸਾਹਿਬ ਜੀਓ। ਸਤਨਾਮ,
ਧੰਨ ਵਾਹਿਗੁਰੂ ਸਾਹਿਬ ਜੀਓ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਪਰਮ ਸਤਿਕਾਰਯੋਗ ਪਰਮ ਸਤ ਵਾਹਿਗੁਰੂ ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਪਤਿਤ ਪਾਵਨ ਕਿਰਪਾ ਨਿਦਾਨ ਵਾਲੀਏ ਕੁਲ ਆਲਮ, ਗਿਆਨ ਦੇ ਸਾਗਰ ਗੁਰਬਾਣੀ ਦੇ ਮੁਜਸਮੇ, ਸਰਵਰੇ ਕਾਇਨਾਤ ਦੀਨ ਦੁਨੀਆਂ ਦੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਸੁਭਾਏ ਮਾਨ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਵਡਭਾਗੇ ਹਾਂ। ਚੰਗੇ ਭਾਗ ਨੇ ਸਾਡੇ ਸਾਰਿਆਂ ਦੇ ਜਿਨ੍ਹਾਂ ਨੂੰ ਸਤਿਗੁਰਾਂ ਦੀ ਗੋਦ ਦੇ ਵਿੱਚ ਬੈਠਣ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਾਧ ਸੰਗਤ, ਅੱਜ ਦੂਸਰੇ ਦਿਨ ਦੇ ਦੀਵਾਨਾਂ ਦੀ ਆਰੰਭਤਾ ਹੋ ਚੁੱਕੀ ਹੈ। ਕੱਲ ਵੀ ਦਾਸ ਨੇ ਬੇਨਤੀ ਕੀਤੀ ਸੀ ਤੇ ਅੱਜ ਵੀ ਪਿੰਡ ਸਾਧਨਵਾਸ ਦੀਆਂ ਸਮੂਹ ਸਾਧ ਸੰਗਤਾਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਾਹਿਤ ਬੇਨਤੀ ਹੈ, ਭਾਈ ਜਲਦੀ ਤੋਂ ਜਲਦੀ ਦੀਵਾਨਾਂ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਗੁਰਮਤ ਵਿਚਾਰਾਂ ਸਰਵਣ ਕਰੋ ਤੇ ਆਪਣਾ ਜੀਵਨ ਜਿਹੜਾ ਹੈ ਉਹਨੂੰ ਸਫਲਾ ਬਣਾਓ। ਸਤ ਸੰਗਤ, ਮੈਂ ਬੇਨਤੀ ਕਰਾਂ, ਦਸ ਤੋਂ ਪਹਿਲਾਂ
ਸਤ ਸੰਗਤ ਮੈਂ ਬੇਨਤੀ ਕਰਾਂ ਦਾਸ ਤੋਂ ਪਹਿਲਾਂ ਇਸੇ ਹੀ ਨਗਰ ਦੇ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਨੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਹੈ। ਹੁਣ ਕੁਝ ਸਮਾਂ ਦਾਸ ਨੇ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ। ਭਾਈ ਗੁਰਦੀਪ ਸਿੰਘ ਜੀ, ਜਿਨ੍ਹਾਂ ਨੂੰ ਆਪਾਂ ਅਕਸਰ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਮੰਜੀ ਸਾਹਿਬ ਤੋਂ ਸਰਵਣ ਕਰਦੇ ਹਾਂ, ਉਹ ਵੀ ਆਪਣੇ ਨਗਰ ਦੇ ਵਿੱਚ ਪਿੰਡ ਦੇ ਵਿੱਚ ਪਹੁੰਚ ਚੁੱਕੇ ਨੇ। ਕੁਝ ਸਮੇਂ ਬਾਅਦ ਉਹਨਾਂ ਨੇ ਵੀ ਇੱਥੇ ਪੰਡਾਲ ਦੇ ਵਿੱਚ ਆ ਜਾਣਾ ਹੈ, ਸੰਗਤਾਂ ਦੇ ਦਰਸ਼ਨ ਕਰਨੇ ਨੇ। ਸੋ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਨਿਮਰਤਾ ਸੰਤ ਭਾਈ ਜਲਦੀ ਤੋਂ ਜਲਦੀ ਦੀਵਾਨਾਂ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਸਤਿਗੁਰਾਂ ਦੀ ਗੋਦ ਦੇ ਵਿੱਚ ਬੈਠ ਕੇ ਗੁਰਮਤਿ ਵਿਚਾਰਾਂ, ਗੁਰ ਇਤਿਹਾਸ, ਗੁਰਬਾਣੀ ਸਰਵਣ ਕਰਕੇ ਆਪਣਾ ਜੀਵਨ ਜਿਹੜਾ ਹੈ ਉਹਨੂੰ ਸਫਲਾ ਬਣਾਓ। ਸਤਿ ਸੰਗਤ, ਕੱਲ੍ਹ ਦੇ ਦੀਵਾਨਾਂ ਦੇ ਵਿੱਚ ਦਾਸ ਨੇ ਸਾਕਾ ਚਮਕੌਰ ਦੀ ਦਾਸਤਾਨ ਸ਼ੁਰੂ ਕੀਤੀ ਸੀ ਅਤੇ ਕੱਲ੍ਹ ਆਪ ਸੰਗਤਾਂ ਦੇ ਨਾਲ ਵਿਚਾਰ ਕੀਤੇ ਸਨ ਕਿ ਕਿੱਦਾਂ ਮੁਗਲਾਂ ਅਤੇ ਪਹਾੜੀਆਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ। 7 ਮਹੀਨੇ ਤੱਕ ਇਹ ਘੇਰਾ ਚੱਲਿਆ, ਨਾ ਕਿਲੇ ਦੇ ਅੰਦਰ ਛਕਣ ਵਾਸਤੇ ਪ੍ਰਸ਼ਾਦਾ ਹੈ, ਨਾ ਪੀਣ ਵਾਸਤੇ ਪਾਣੀ ਹੈ। ਬਹੁਤ ਭਿਆਨਕ ਕਸ਼ਟ ਉਹਨਾਂ ਗੁਰੂ ਦਿਆਂ ਲਾਲਾਂ ਨੇ ਸਹਿਣ ਕੀਤੇ। ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਕਸਮਾਂ ਖਾਧੀਆਂ, ਮਹਾਰਾਜ ਤੁਸੀਂ ਅਨੰਦਪੁਰ ਖਾਲੀ ਕਰ ਦਿਓ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਤੁਸੀਂ ਜਿੱਥੇ ਮਰਜ਼ੀ ਚਲੇ ਜਾਓ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਹਨਾਂ ਦੀਆਂ ਖਾਧੀਆਂ ਹੋਈਆਂ ਕਸਮਾਂ 'ਤੇ ਅਤਬਾਰ ਕਰਕੇ 20 ਅਤੇ 21 ਦਸੰਬਰ ਦੀ ਅੱਧੀ ਰਾਤ ਨੂੰ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। ਸ਼ਾਹੀ ਟਿੱਬੀ 'ਤੇ ਭਾਈ ਉਦੇ ਸਿੰਘ 50 ਸਿੰਘਾਂ ਦੀ ਅਗਵਾਈ ਦੇ ਹੇਠ ਸ਼ਹਾਦਤ ਦਾ ਜਾਮ ਪੀਂਦੇ ਨੇ। ਸਰਸਾ ਨਦੀ 'ਤੇ ਕੰਢੇ 'ਤੇ ਬਾਬਾ ਜੀਵਨ ਸਿੰਘ 100 ਸਿੰਘਾਂ ਦੀ ਅਗਵਾਈ ਦੇ ਹੇਠ ਸ਼ਹਾਦਤ ਦਾ ਜਾਮ ਪੀਂਦੇ ਨੇ। ਮਲਕਪੁਰ ਰੰਗੜਾ ਪਿੰਡ ਦੇ ਵਿੱਚ 100 ਸਿੰਘਾਂ ਦੀ ਅਗਵਾਈ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਸ਼ਹਾਦਤ ਦਾ ਜਾਮ ਪੀਂਦੇ ਨੇ। ਇੱਥੇ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰਾਂ ਦੇ ਵੱਡੇ ਫਰਜ਼ੰਦ, ਬਾਬਾ ਅਜੀਤ ਸਿੰਘ ਸਾਹਿਬ, ਬਾਬਾ ਜੁਝਾਰ ਸਿੰਘ ਸਾਹਿਬ ਅਤੇ 40 ਸਿੰਘ ਪਿੰਡ ਬੂਰ ਮਾਜਰੇ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਪਹੁੰਚਦੇ ਨੇ। ਇੱਥੋਂ ਤੱਕ ਕੱਲ੍ਹ ਦਾਸ ਨੇ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਸੀ। ਆਓ ਪੱਗਾਂ ਵਾਲਿਓ, ਇਹਨਾਂ ਵਿਚਾਰਾਂ ਨੂੰ ਅੱਗੇ ਤੋਰੀਏ। ਕਿੱਦਾਂ ਉਹਨਾਂ 7 ਮਹੀਨਿਆਂ ਤੋਂ ਭੁੱਖੇ ਧਿਆਏ ਗੁਰੂ ਦਿਆਂ ਲਾਲਾਂ ਨੇ 10 ਲੱਖ ਫੌਜ ਦਾ ਮੁਕਾਬਲਾ ਕੀਤਾ, ਸ਼ਹਾਦਤਾਂ ਦੇ ਜਾਮ ਪੀਤੇ। ਇਹ ਸਾਰੀ ਵਿਚਾਰ ਬੜੇ ਪਿਆਰ ਦੇ ਨਾਲ ਦਾਸ ਨੇ ਆਪ ਸੰਗਤਾਂ ਦੇ ਨਾਲ ਸਾਂਝੀ ਕਰਨੀ ਹੈ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ। ਇੱਕੋ ਵਾਰੀ ਕਹਿਣ 'ਤੇ ਗੱਜ ਕੇ ਬੁਲਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ, ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ 40 ਸਿੰਘਾਂ ਦੇ ਸਮੇਤ, ਦੋ ਵੱਡੇ ਸਾਹਿਬਜ਼ਾਦੇ ਨੇ, ਚਮਕੌਰ ਸਾਹਿਬ ਪਹੁੰਚਦੇ ਨੇ ਤੇ ਇਹਨਾਂ ਨੂੰ ਬੁੱਧੀ ਚੰਦ ਰਾਵਤ ਮਿਲਦਾ ਹੈ। ਬੁੱਧੀ ਚੰਦ ਰਾਵਤ, ਬੁੱਧੀ ਚੰਦ ਤੇ ਗਰੀਬ ਚੰਦ ਦੋਵੇਂ ਭਰਾ ਨੇ।
गरीब चंद ने साफ इनकार कर दिता कि महाराज मैं तुहाडी कोई मदद नहीं कर सकता, मैं तुहाडी कोई मदद नहीं कर सकता। बुद्धी चंद कहिंदा महाराज पिंड तो बाहर मेरी एक हवेली है, जे तुसी उस हवेली दे विच रहण बसेरा करना चाहुंदे हो ते महाराज तुसी कर सकदे हो। सत संगत, कलगीधर पातशाह महाराज ने घुट के छाती दे नाल लाया बुद्धी चंद रावत नूं ते बड़ा प्यार कीता, बड़ा प्यार कीता। सत संगत, जदों महाराज उस चमकौर दी गढ़ी दे कोल जांदे ने ना कलगीधर पातशाह, रात दा समां ऐ, सत्तां महीनियां तो वह चाली सिंह भुखे ते आए ने, कुछ खाधा नहीं, पानी नहीं पीता, पैरां दे विच कंडे वज वज के लहू निकल रहा है, जेडे तन दे कपड़े ने वह पाटे हुए ने ते बुरी हालत है। हुण जदों कलगीधर पातशाह महाराज चमकौर दी गढ़ी दे कोल गए ना ते प्यारे भाई दया सिंह पुछदे ने महाराज तुसी सानू कित्थे लै आए हो। प्यारे भाई दया सिंह कलगीधर पातशाह महाराज नूं पुछदे महाराज सानू कित्थे लैके आए हो। साध संगत, कलगीधर पातशाह महाराज ने जवाब दिता, जोगी अल्लाह यार खां ने बड़ा सोहना लिखिया, कलगीधर कहिंदे जिस खित्ते में हम कहते थे आना जे वही है, कल लुटकर जिस जगह से जाना जे वही है, जिस जहां पे है बच्चों को कटाना जे वही है, माटी कह देती है जे खिता वही है। भाई दया सिंह जी, ए ओ चमकौर दी गढ़ी है जिथे असी आना सी। भाई दया सिंह जी, ए ओ चमकौर दी गढ़ी है जिथे मैं कल नू अपना सारा कुछ लटा देना है। भाई दया सिंह जी, ए ओ चमकौर दी गढ़ी है जिथे कल नू मेरे वड्डे पुत्रा ने 10 लख फौज का मुकाबला करदिया होया शहादत का जाम पीना है, शहादत का जाम पीना है। सद संगत, जदों महाराज चमकौर दी गढ़ी दे अंदर वड़न लगे ना, दरवाजा खोलिया, उस गढ़ी दे अंदर वड़न लगे ते महाराज ने सारे सिंघां नू रोक दिता। सतगुरु ने की किया, अपने म्यान दे विचों खंजर बाहर कढ़िया जी। कलगीधर पातशाह महाराज ने रात का समा म्यान दे विचों खंजर बाहर कढ़ के ना कलगीधर पातशाह महाराज ने वो जिहड़ी गढ़ी की कच्ची कंध सी ना उहदे विच महाराज ने खंजर खबा दिता। खंजर खबाया उहदे विचों मिट्टी की डली कढ़ के ना सतगुरु ने इदां हाथ ते रखी ते अंगूठे दे नाल उस मिट्टी की डली नूं भोर के महाराज ने उस मिट्टी नूं इदां हवा दे विच उड़ा दिता, इदां हवा दे विच उड़ा दिता। हुण प्यारे भाई दया सिंह जी कोल खलोते ने, चाली सिंह कोल खलोते ने, उन्होंने सारा कुछ बड़े ध्यान नाल वेखिया जी, सारा कुछ। भाई दया सिंह कोलों रहा नहीं गया। भाई दया सिंह कहिंदे महाराज ये की कौतक वरताया है, ये की कीता है तुसी। कलगीधर पातशाह महाराज ने जवाब दिता, कलगीधर पातशाह कहिंदे दया सिंह अज तक मैं पंथ कोलों कुछ नहीं लकाया, अज तक मैं पंथ कोलों कुछ नहीं लकाया, अपने सिखा कोलों कुछ नहीं लकाया। दया सिंह ये गढ़ी भावे कच्ची है, ये गढ़ी भावे कच्ची है, पर अज ये अंदर पक्या का वासा हो जाना है। वड्डे वड्डे किले भी इस चमकौर दी गढ़ी नूं झुक के सलामा करनगे ते आ जड़ी मैं मिट्टी हवा दे विच उड़ाई है ना, आ जड़ी धूड़ मैं हवा दे विच उड़ाई है, एक समा आवेगा करोड़ा सिख संगतां इस चमकौर दी गढ़ी ते नकमस्तक होणगियां, इस धूड़ नूं बड़े प्यार दे नाल अपने मत्थे दे उत्ते लाउणगियां, इस धूड़ नूं बड़े प्यार नाल अपने मत्थे दे उत्ते लाउणगियां। हुण साध संगत, सतगुरु कलगीधर पातशाह महाराज चमकौर दी गढ़ी दे अंदर गए, वो चाली सिंह भी अंदर गए वड्डे साहबजादे नाल ने। ध्यान देना, मैं ते कई वारी हैरान रह जाना जदों जोगी अल्लाह यार खां नूं पढ़दा ना, सब तो पहला जाके ना महाराज जदों चमकौर दी गढ़ी दे अंदर एंटर किते, सब तो पहला जाके महाराज ने दीवान सजाया, दीवान सब तो पहला जाके दीवान सजाया ते कलगीधर पातशाह महाराज ने रह रास का पाठ किया, रह रास का। भागा वाले
मैं ते कई बारी सोचदा भी वेखो आनंदपुर उजड़ गया, अद्धी रात नूं आनंदपुर छड्डिया, सरसा दे कंडे ते परिवार दा विछोड़ा पै गया, कोई पता नहीं मेरे छोटे लाल कित्थे है, माता गुजर कौर कित्थे है, माता साहब कौर माता सुंदर कौर कित्थे है। उत्तों सत्तां महीनिया तो भुखे त्याए सिंह ने, बड़ी बुरी हालत है। सच जाने भागा वाले उन्होंने परमात्मा का नाम नहीं वसारिया, उन्होंने गुरु की बाणी नहीं वसारिया। वेखो जे सरसा दे कंडे ते अमृत वेला होया तां वी महाराज उत्थे नितनेम करदे ने, रब नूं याद करदे ने, ते जे शामा पईआं सब तो पहला चमकौर की गढ़ी के अंदर जाके महाराज ने रह रास का दीवान सजाया। वह सत्तां महीनिया तो भुखे ने, उन्होंने खाधा कुछ नहीं, बड़ी बुरी हालत है, कंडे वज वज के पैरां दे विचों लहू निकल रहा है। पर सच जाणिओ तां वी उन्होंने परमात्मा का शुकराना किया, वाहिगुरु का शुकराना किया। हुण जोगी अल्लाह यार खां ने बड़े प्यारे बचन कहे, वह कहिंदा खेमे किए अस्तादे वही उठ के किसी ने, कमर खोली आराम को हर एक जरी ने, रह रास का दीवान सजाया गुरु जी ने, शर शाम मिलके भजन गाए सभी ने, खाना कई वक्तों से मौसर ना था आया, उस रात भी सिंगों ने कड़ाका ही उठाया। कहिंदा दीवान सजाया, बड़े प्यार दे नाल रह रास का पाठ किया गया, अरदास बेनती हुई। साध संगत जदों अरदास बेनती हुई ना, अरदास बेनती सारे सिंघा ने कलगीधर पातशाह महाराज वल तकिया, मन दे अंदर सोचते ने भी एक समा सी जदों कलगीधर पातशाह महाराज सोहने सोहने गलीचियां ते सौंदे सन, एक समा सी जदों कलगीधर पातशाह महाराज सोहने सोहने आसणा ते सौंदे सन, एक समा सी जदों कलगीधर पातशाह महाराज तख्तां ते बहिंदे सन, उहनां दे सीस दे उत्ते चवर झुलदे सन। की होया जे अज गलीचे नहीं, जे अज सोहने सोहने आसन नहीं, महाराज तुसी कृपा करो, असी तुहानू भुंजे नहीं सौण देना, असी अपने कपड़े उतार के अपनियां दस्तारां उतार के सतगुरु जी तुहाडे वास्ते आसन तैयार करांगे, अपने कपड़िया दा ते अपनियां दस्तारां दा तुहाडे वास्ते आसन तैयार करांगे। हुण सच जाणिओ साध संगत, कहिंदे उहनां गुरु दिआं लालां ने जिहड़े उन्हां कोलों लीड़े कपड़े सन, जां तीन तीन चार चार दस्तारा उन्होंने बन्नियां सी, एक एक दो दो दस्तारा खोल के ना उन्होंने कलगीधर पातशाह महाराज का आसन तैयार किया, गुरु गोबिंद सिंह महाराज वास्ते एक तंबू तैयार किया। साध संगत रात पई, महाराज ने सारे सिंघां नूं कहा भी भाई तुसी विश्राम करो, सारे सिंघां नूं हुक्म किया कलगीधर पातशाह महाराज ने भी तुसी विश्राम करो, ते सतगुरु ने पंजा सिंघां दी ड्यूटी लाई, पंजा सिंघां दी कि तुसी सारी रात इस गढ़ी दी पहरादारी करनी है, भाव इस गढ़ी दी राखी करनी है, जिहदे विच भाई मदन सिंह ते भाई काठा सिंह ने। हुण साध संगत इत्थे जोगी अल्लाह यार खां बड़े प्यारे बचन लिखदा, वो कहिंदा कुछ लेट गए खाक पर जी पोश बिशाकर। सिंघां ने तंबू तैयार किया जी अपने कपड़िया का, कलगीधर पातशाह महाराज उस तंबू दे विच चले गए, जिहड़े बाकी सिंह ने कहिंदे उन्होंने ना काठिया घोड़िया दियां काठियां लाइयां, उन्हां काठियां नूं धरती दे उत्ते रखिया ते उन्होंने भुंजे ही विश्राम किया, वह थले ही सुते ने, भुंजे ही सुते ने। हुण जोगी अल्लाह यार खां कहिंदा कुछ लेट गए खाक पर जी पोश बिशाकर, पहरा देने लगे कई तलवार उठाकर, गोविंद पी शबाश हुए खेमे में जाकर, देखा तो बैठे हैं गर्दन को झुकाकर, वाहे गुरु है मुख से निकलता, तू ही तू, तू ही तू है मुख से निकलता, जब डेढ़ घड़ी रात गई जिक्रे खुदा में, खेमे से निकल आए सरकार हवा में। बाकी सारे सिंह सुते ने, पांच सिंह चमकौर दी गढ़ी दे विच पहरा देंदे पए ने, कलगीधर पातशाह महाराज तंबू दे विच बैठे ने, कहिंदे अद्धी रात तक, अद्धी रात तक महाराज उस रब दा शुकराना करदे रहे, उस परमात्मा दा शुकराना करदे रहे। जब डेढ़ घड़ी रात गई जिक्रे खुदा में, खेमे से निकल आए सरकार हवा में, कदमों से टहलते थे मगर दिल था दुआ में, बोले ऐ खुदावंत हूं खुश तेरी रजा में। साध संगत हुण सारे सिंह घूक सुते ने,
पांच सिंह चमकौर दी गड़ी दे विच पहरा देंदे पए ने। अद्धी रात होई जेड़ा तंबू सिंघां ने अपने कपड़िया का तैयार किया कलगीधर पातशाह महाराज उस तंबू दे विचों बाहर निकले, उस तंबू दे विचों महाराज बाहर निकले। सच जाणियो हनेरी रात है, चारे पासे शांति है, चारे पासे सिंह घूक सुते पए ने। कलगीधर पातशाह महाराज ने रब दे चरणा दे विच एक अरदास कीती। अरदास पता की कीती? हे परमात्मा, हे वाहेगुरु, अज मेरे जान तो प्यारे सिंह मेरियां अखां दे सामने सुते पए ने। अज मेरी जान तो प्यारे मेरे पुत मेरियां अखां दे सामने सुते पए ने। सतगुरु जी, परमात्मा जी, जिद्दां अज इन्हां नूं अपनियां अखां दे सामने वेख के मैं तुहाडी याद दे विच जुड़िया, मैं तुहाडा शुक्र कर रहा। हे परमात्मा, मैनू अंदर दा बल बख्शी। कल नूं जदों इन्हां गुरु दियां लाला ने मेरे पुत्रा ने मेरियां अखां दे सामने शहादत दा जाम पीना है, सतगुरु मैं इसे तरह तेरी याद दे विच जुड़िया रवां। परमात्मा, मैं इसे तरह तेरा शुक्र करा, वाहेगुरु तेरा शुकराना करा, मैनू अंदर दी ताकत बख्शी, मैनू अंदर दी ताकत। हुण साध संगत, जदों कलगीधर पातशाह महाराज बाहर आए ना, भाई मदन सिंह ते भाई काठा सिंह ने महाराज नू वेख्या, महाराज तुसी सतगुरु जी अद्धी रात होई है, तुसी बाहर ठंड दे विच की कर रहे हो, जाओ जाके विश्राम करो। कहिंदे महाराज कुछ ना बोले। कलगीधर पातशाह कहिंदे, भाई मदन सिंह जी, भाई काठा सिंह जी, शामा वेले तुसी मंग के सेवा लई सी कि असी रात गड़ी दी सेवा करनी है, पर हुण मैं तुहाडे चरणां च बेनती करदा, मेरे पुत्र जी जाओ तुसी भी विश्राम कर लो, क्योंकि ये विश्राम अज दा दिन है, बस अज दा दिन तुहानू विश्राम नसीब होना है। पुत्रो, कल नू ते तुसी शहादतां दे जाम पी जाने ने। ये मन दे अंदर महाराज सोचते पए ने। महाराज कहिंदे, जाओ पुत्र जी तुसी विश्राम करो। हुण सच जाणियो भागां वालियो, सारे सिंह सुते ने, कलगीधर पातशाह महाराज दे वड्डे लख ते जिगर सुते ने। जे चमकौर दी गड़ी दे अंदर कोई अद्धी रात नू जागदा पिया है ते ओ मेरा कलगियां वाला बापू जागदा पिया है। हुण ध्यान देना साध संगत, किन्ना प्यार धन गुरु गोबिंद सिंह महाराज अपने सिंघां नू करदे ने। रात दे वेले ना, रात वेले जदों महाराज ने वेख्या ना भी मेरे सारे सिंह सुते पए ने, ते हकीम जोगी अल्लाह यारखा कहिंदा भी महाराज नू बड़ा प्यार आया, अपने सिंघां ते महाराज नू बड़ा प्यार आया। हुण ध्यान दिया जी, भुंजे सुते ने, चाली दे चाली सिंह भुंजे सुते पए ने, किसे दियां दस्तारां ढठियां ने, किसे दे मिट्टी लगी हुई है। कहिंदे जदों महाराज ने अपने सिंघां नू इक तरह सुते वेख्या ना, सुते वेख्या, महाराज ने की कीता, साफे कभी सिंगों के उठाते थे जमी से। जिन्ना सिंगा दियां दस्तारां ढिलियां होईयां ना, दस्तारां लड़ लड़ के या दस्तारां ढिलियां हो गईयां, महाराज ने बड़े प्यार दे नाल दस्तारां सैट कीतियां। साफे कभी सिंगों के उठाते थे जमी से। पागां वाले ओ सिंग भुंजे सुते पए ने, उन्हां दियां दस्तारां लिबड़ियां होईयां ने, मिट्टी लगी हुई है। कहिंदे मेरे कलगियां वाले ने अपनी गोदी दे विच कल्ले कल्ले सिंह दा सिर रख के उन्हां सिंघां दियां दस्तारां नूं झाड़िया, मिट्टी साफ कीती। साफे कभी सिंगों के उठाते थे जमी से, केस इसके जो झाड़े तो ली खाक इस जबी से, सर ठीक किए सरके हुए बालस जी से, तरतीब दी ला ला के हर चीज को कही से, हासा किसी मुर्शद में जे इशार नहीं देखा, जे प्यार किसी पीर में जिनहार नहीं देखा। पागां वाले हो, दस्तारां सैट कीतियां, उन्हां दे कपड़े झाड़े। इत्थे जोगी अल्लाह यार खां ने बड़ी प्यारी गल कही, कहिंदा महाराज ना, महाराज बड़े प्यार दे विच आए, बड़े वैराग दे विच आए। कलगीधर पातशाह महाराज ने सब तो पहला अपने सिंघां दे मत्थे नू चुम्मिया जी, मत्थे नू। एदा चाली सिंह सुते ने, अज साडा बापू अपने पुत्रां नू अपने सिंघां नू प्यार करदा पे, चाली दे चाली सिंह घूक सुते पए ने। अज बड़े दिनों बाद चंगी नींद जिहड़ी है वह नसीब होई है। कहिंदे महाराज उन्हां नू प्यार कर रहे ने, ते सब तो पहला कलगीधर पातशाह महाराज ने ना अपने सिंघां दे मत्थे नू चुम्मिया, मत्थे नू।
धन गुरु गोबिंद सिंह महाराज ने अपने सिंघां दे मोढ़े चुम्मे, मोढ़े कले कले सिंघ दे मोढ़े चुम्मे। कलगीधर पातशाह महाराज ने जो वेखिया ना भी हत्थां दे विचों लहू वग रहा है, क्योंकि सत्तां महीनियां तो भुखे ने, ते अज 24 घंटे हो गए ने उन्हां सिंघां नूं लड़दे होइआं। जो आनंदपुर तो तुरे ने उह सिंघ दुश्मनां दा मुकाबला कर रहे ने, पहाड़ियां दा ते मुगलां दा मुकाबला कर रहे ने, ते भागां वाले कृपाण चला चला के हत्थां दे विच जिहड़े ने उह छाले पए होए ने, लहू निकल रहा है। कहिंदे महाराज कोलों रहा नहीं गया, जिथे महाराज ने अपने सिंघां दा मत्था चुम्मिया, जिथे महाराज ने अपने सिंघां दे मोढे चुम्मे, जिथे कलगीधर पातशाह महाराज ने अपने सिंघां दे उह छालियां वाले हाथ चुम्मे। कहिंदे जदों महाराज ने अपने सिंघां दे पैर वेखे ना, पैर भी आनंदपुर तो नंगे पैरी तुरे उह सिंघ, कंडियाला रस्ता कंडे वज वज के पैरां विचों लहू निकल रहा है। सत्तां महीनियां तो भुखे, बुरी हालत, तन दे कपड़े पाटे हुए। जोगी अल्लाह यार खां कहिंदा मत्था चुम्मिया, मोढे चुम्मे, हथ चुम्मे, जदों मेरे कलगियां वाले बापू ने अपने सिंघां दे पैर वेखे, पैरां विचों लहू निकल रहा है, कहिंदे महाराज कोलों रहा नहीं गया। कलगीधर पातशाह महाराज ने अपने सिंघां दे पैर भी चुम्मे, महाराज ने अपने सिंघां दे चरण भी चुम्मे। साध संगत सच जाणिओ, अज तक तुसी चेले नूं ते अपने गुरु दे पैर चुम्मदिआं वेखिआ होवेगा, पर दुनिया दे इतिहास दे अंदर अज तक किसी गुरु ने अपने चेलियां दे पैर नहीं चुम्मे होणगे, अपने चेलियां दे पैर नहीं चुम्मे होणगे। वेखो भागां वालिओ, जदों आपां पावन बाणी पढ़दे आ ना, बाणी दे विच वी बचन आउंदे ने। महाराज कहिंदे हौं कुरबाने जाओ मेहरबाना, हौं कुरबाने जाओ, हौं कुरबाने जाओ, तिन्हां के लैण जो तेरा नाओ, लैण जो तेरा नाओ, तिन्हां के हौं सद कुरबाने जाओ, काया रंगण जे थीए प्यारे, पाइए नाओ मजीठ, रंगण वाला जे रंगे साहेब, ऐसा रंग न डीठ, जिनके चोले रतड़े प्यारे। पागां वाले, इत्थे चोले साधां वाले चोले नहीं, इत्थे चोले दा अर्थ है साडा शरीर। जिनके चोले रतड़े प्यारे, जिहड़े रब दे रंगां विच रंगे होए ने, जिहड़े परमात्मा दे विच एकमिक हो गए, जिनके चोले रतड़े प्यारे, कंत तिन्हां के पास। अगला बचन है धूड़ तिन्हां की जे मिले जी, कहो नानक की अरदास। महाराज कहिंदे होवे कोई गुरसिख रब की भगती करन वाला, होवे कोई गुरसिख परमात्मा की बंदगी करन वाला। महाराज कहिंदे मैं ओदे चरण भी चुम्मण वास्ते तैयार हाँ, चरण भी। जो दिसै गुरसिखड़ा तिस निम निम लागां पाए जीओ। महाराज कहिंदे होवे कोई गुरु का सिख, मैं ओदे पैरी पैण नूं वी तैयार हाँ। जन नानक धूड़ मंगै तिस गुरसिख की, जो आप जपै अवरा नाम जपावै। वेखो महाराज ने, असी ते साडे पल्ले ते केवल गल्लां ने, जे महाराज ने बाणी दे विच लिखिया ना भी कोई होवे गुरसिख ते मैं ओदे पैरी पैण नूं वी तैयार हाँ, ते महाराज ने प्रैक्टिकल करके दिखाया। प्रैक्टिकल ये मैं नहीं कहिंदा, ये जोगी अल्लाह यार खां कहिंदा। वो कहिंदा जिन सिंघों ने कल मौत के साहिल था उतरना, कल सुबह था जिन खालसो ने जंग में मरना, बाली के शहीदों के हुआ जबक गुजरना, मुश्किल हुआ पाम कदम आगे को तरना, चूबा कभी हलकूम दहन चूमने बैठे। कहिंदा पहला कलगीधर ने मत्था चुम्मिया, फिर महाराज ने मोढे चुम्मे, कलगीधर ने हाथ चुम्मे, महाराज कोलों रहा नहीं गया। चूमा कभी हलकूम दहन चूमने बैठे, जब पैंती आए तो जदों पैरां वाले पासे आए, कहिंदा चरण चूमने बैठे, महाराज ने अपने गुरु दियां लालां दे चरण चूमे। इसे करके जोगी अल्लाह यार खां कहिंदा भी जिन्ना प्यार चमकौर दी गड़ी अंदर कलगीधर ने अपने सिंघां नूं कीता ना, अज तक इन्ना प्यार किसे गुरु ने अपने सिख नूं नहीं कीता। साध संगत जदों सिंघां नूं रज के प्यार कीता ना, क्योंकि महाराज नूं पता है ये 40 मेरे सिंघ अज दी रात मेरे कोल ने, कल नूं इन्हां ने शहादत पा जानी है, शहादत दा जाम पी जाना है। साध संगत जदों सिंघां नूं प्यार कीता, वारी आई वड्डे पुत्रां दी, बाबा अजीत सिंह साहब, बाबा जुझार सिंह, इदां सुते पए ने, कूक सुते पए ने, ते जोगी अल्लाह यार खां पता की कहिंदा, कहिंदा बाकी थी रात। पहला सिंघां नूं प्यार कीता, अपने पुत्रां नूं प्यार बाद विच कीता,
ਪਹਿਲਾਂ ਸਿੰਘਾਂ ਨੂੰ ਪਿਆਰ ਕਰਦੇ ਨੇ। ਹੁਣ ਜੋਗੀ ਅੱਲਾ ਯਾਰ ਖਾ ਕਹਿੰਦਾ ਬਾਕੀ ਥੀ ਰਾਤ ਗੁਰੂ ਖੇਮੇ ਮੇ ਆਏ, ਮਹਾਰਾਜ ਉਸ ਤੰਬੂ ਦੇ ਵਿੱਚ ਆਏ ਜਿਸ ਤੰਬੂ ਦੇ ਵਿੱਚ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸੁੱਤੇ ਹੋਏ ਨੇ। ਬਾਕੀ ਥੀ ਰਾਤ ਗੁਰੂ ਖੇਮੇ ਮੇ ਆਏ, ਸ਼ਹਿਜ਼ਾਦੇ ਜਹਾਂ ਦੋਨੋਂ ਹੀ ਸੋਤੇ ਹੋਏ ਪਾਏ, ਦੋਨੋਂ ਹੀ ਕੇ ਰੁੱਖ ਏ ਪਾਕ ਸੇ ਗੇਸੂ ਜੋ ਹਟਾਏ, ਅਲਫਾਕ ਨੇ ਸ਼ਰਮਾ ਕੇ ਮੇਹੂ ਮੇਹਰ ਛਪਾਏ। ਕਹਿੰਦੇ ਮਹਾਰਾਜ ਉਸ ਤੰਬੂ ਦੇ ਵਿੱਚ ਆਏ ਜਿੱਥੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਸੁੱਤੇ ਪਏ ਨੇ। ਪਾਗਾਂ ਵਾਲਿਓ ਸੱਚ ਜਾਣਿਓ, ਚਿਹਰੇ ਦੇ ਉੱਤੇ ਕੇਸ ਨੇ, ਮਹਾਰਾਜ ਨੇ ਉਹਨਾਂ ਕੇਸਾਂ ਨੂੰ ਪਾਸੇ ਕੀਤਾ, ਆਪਣੇ ਦੋਵਾਂ ਪੁੱਤਰਾਂ ਨੂੰ ਇੱਦਾਂ ਮਹਾਰਾਜ ਚੌਂਕੜਾ ਮਾਰ ਕੇ ਬੈਠੇ ਨੇ, ਦੋਵਾਂ ਪੁੱਤਰਾਂ ਨੂੰ ਮਹਾਰਾਜ ਨੇ ਦੋਵਾਂ ਦੇ ਸੀਸ ਆਪਣੀਆਂ ਗੋਦੀਆਂ ਦੇ ਵਿੱਚ ਰੱਖੇ ਤੇ ਵਾਰ ਵਾਰ ਸਤਿਗੁਰੂ ਨੇ ਆਪਣੇ ਪੁੱਤਰਾਂ ਨੂੰ ਪਿਆਰ ਕੀਤਾ, ਉਹਨਾਂ ਦਾ ਮੁੱਖੜਾ ਚੁੰਮਿਆ। ਕਿਉਂਕਿ ਕਲਗੀਧਰ ਪਾਤਸ਼ਾਹ ਇਹ ਗੱਲ ਜਾਣਦੇ ਨੇ, ਇਹ ਮੇਰੇ ਪੁੱਤ ਜਿਹੜੇ ਨੇ ਅੱਜ ਦੀ ਰਾਤ ਮੇਰੇ ਕੋਲ ਨੇ, ਕੱਲ੍ਹ ਨੂੰ ਇਹਨਾਂ ਨੇ ਸ਼ਹਾਦਤ ਦਾ ਜਾਮ ਪੀ ਜਾਣਾ ਹੈ। ਹੁਣ ਸਾਧ ਸੰਗਤ ਕੀ ਹੋਇਆ, ਉਹ ਰਾਤ ਲੰਘੀ, ਸਿੰਘ ਸੁੱਤੇ ਨੇ, ਘੂਕ ਸੁੱਤੇ ਨੇ, ਪਰ ਕਲਗੀਧਰ ਪਾਤਸ਼ਾਹ ਕਲਗੀਆਂ ਵਾਲਾ ਬਾਪੂ ਸਾਰੀ ਰਾਤ ਨਹੀਂ ਸੁੱਤਾ। ਅਗਲਾ ਦਿਨ ਚੜ੍ਹਿਆ, ਸਵੇਰ ਹੁੰਦਿਆਂ ਹੀ 10 ਲੱਖ ਫੌਜ ਨੇ ਚਮਕੌਰ ਦੀ ਗੜੀ ਨੂੰ ਆ ਕੇ ਘੇਰਾ ਪਾ ਲਿਆ। ਜਦੋਂ ਅਗਲਾ ਦਿਨ ਚੜ੍ਹਿਆ ਨਾ, ਅਗਲਾ ਦਿਨ 22 ਦਸੰਬਰ ਵਾਲਾ ਦਿਨ ਚੜ੍ਹਿਆ ਤੇ 10 ਲੱਖ ਫੌਜ ਨੇ ਚਮਕੌਰ ਦੀ ਗੜੀ ਨੂੰ ਆ ਕੇ ਘੇਰਾ ਪਾ ਲਿਆ। ਵੇਖੋ, ਇੱਥੇ ਮੈਂ ਬੇਨਤੀ ਕਰਨੀ ਚਾਹੁੰਦਾ ਜੀ, 22 ਦਸੰਬਰ ਨੂੰ 40 ਸਿੰਘ ਸ਼ਹੀਦ ਹੁੰਦੇ ਨੇ ਤੇ 22 ਦਸੰਬਰ ਨੂੰ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ। ਹਰੀ ਰਾਮ ਗੁਪਤਾ ਨੇ ਇੱਕ ਬੜੀ ਪਿਆਰੀ ਗੱਲ ਲਿਖੀ ਹੈ, ਉਹ ਕਹਿੰਦਾ 22 ਦਸੰਬਰ 1666 ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ। 22 ਦਸੰਬਰ 1666 ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਹੋਇਆ। 22 ਦਸੰਬਰ 1666 ਨੂੰ ਕਲਗੀਧਰ ਦਾ ਜਨਮ ਹੋਇਆ, 22 ਦਸੰਬਰ ਨੂੰ ਮਹਾਰਾਜ ਦਾ ਜਨਮ ਹੋਇਆ। ਸੱਚ ਜਾਣਿਓ, ਕਲਗੀਧਰ ਪਾਤਸ਼ਾਹ ਮਹਾਰਾਜ ਦਾ ਉਸ ਦਿਨ ਜਨਮ ਦਿਹਾੜਾ ਸੀ ਜਿੱਦਣ ਵੱਡੇ ਸਾਹਿਬਜ਼ਾਦੇ ਸ਼ਹਾਦਤ ਦਾ ਜਾਮ ਪੀਂਦੇ ਨੇ। ਉਦਣ ਕਲਗੀਧਰ ਦਾ ਪਿਤਾ ਦਾ ਜਨਮ ਦਿਹਾੜਾ ਏ ਤੇ ਪੁੱਤਰ ਉਦਣ ਸ਼ਹਾਦਤ ਦਾ ਜਾਮ ਪੀਂਦੇ ਪਏ ਨੇ। 10 ਲੱਖ ਫੌਜ ਨੇ ਘੇਰਾ ਪਾਇਆ ਜੀ ਆ ਕੇ। ਕਲਗੀਧਰ ਪਾਤਸ਼ਾਹ ਮਹਾਰਾਜ, ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ, ਰੱਬ ਦੀ ਭਗਤੀ ਕੀਤੀ, ਪਰਮਾਤਮਾ ਦੀ ਬੰਦਗੀ ਕੀਤੀ। ਸਤਿਗੁਰੂ ਨੇ ਸਾਰੇ ਗੁਰੂ ਦੇ ਸਿੰਘਾਂ ਨੂੰ ਇੱਦਾਂ ਇਕੱਠਿਆਂ ਕੀਤਾ ਤੇ ਮਹਾਰਾਜ ਕਹਿੰਦੇ ਅੱਜ ਤੁਹਾਡਾ ਪਰਚਾ ਪੈਣਾ ਹੈ ਤੇ ਇਸ ਪਰਚੇ ਦੇ ਵਿੱਚੋਂ ਤੁਸੀਂ ਪੂਰੇ ਨੰਬਰ ਲੈ ਕੇ ਪਾਸ ਹੋਣਾ ਹੈ। 10 ਲੱਖ ਫੌਜ ਨੇ ਬਾਹਰ ਘੇਰਾ ਪਾਇਆ, ਯਾ ਅੱਲਾ ਯਾ ਅਲੀ ਦੇ ਬਾਹਰ ਨਾਰੇ ਲੱਗ ਰਹੇ ਨੇ। ਹੁਣ ਸਾਧ ਸੰਗਤ ਕਹਿੰਦੇ ਸਭ ਤੋਂ ਪਹਿਲਾਂ ਨਾ ਇਹ ਵੇਖਣ ਵਾਸਤੇ ਵੀ ਉਸ ਚਮਕੌਰ ਦੀ ਗੜੀ ਦੇ ਅੰਦਰ ਕਿੰਨੀ ਕੁ ਫੌਜ ਹੈ, ਇਹ ਵੇਖਣ ਵਾਸਤੇ ਸਭ ਤੋਂ ਪਹਿਲਾਂ ਕਹਿੰਦੇ ਨਾਰ ਖਾਨ ਨੂੰ ਭੇਜਿਆ ਗਿਆ। ਨਾਰ ਖਾਨ ਨੂੰ, ਵਜ਼ੀਰ ਖਾਨ ਨੇ ਨਾਰ ਖਾਨ ਨੂੰ ਭੇਜਿਆ ਵੀ ਜਾਓ ਵੇਖੋ ਜਾ ਕੇ ਚਮਕੌਰ ਦੀ ਗੜੀ ਦੇ ਅੰਦਰ ਕਿੰਨੀ ਫੌਜ ਹੈ। ਹੁਣ ਸਾਧ ਸੰਗਤ ਜਦੋਂ ਨਾਰ ਖਾਨ ਚਮਕੌਰ ਦੀ ਗੜੀ ਦੇ ਕੋਲ ਗਿਆ, ਉਹ ਪੌੜੀ ਲਾ ਕੇ ਚੜ੍ਹਿਆ, ਜਦੋਂ ਉਹਨੇ ਚਮਕੌਰ ਦੀ ਗੜੀ ਤੋਂ ਆਪਣਾ ਸਿਰ ਤਾਂ ਚੁੱਕਿਆ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਵੇਖਿਆ, ਮਹਾਰਾਜ ਨੇ ਤੀਰ ਦਾ ਵਾਰ ਕੀਤਾ, ਉਹਦੇ ਮੱਥੇ ਦੇ ਵਿੱਚ ਵੱਜਾ ਤੇ ਉਹ ਨਾਰ ਖਾਂ ਥੱਲੇ ਧਰਤੀ ਤੇ ਡਿੱਗ ਪਿਆ। ਜਦੋਂ ਉਹ ਸ਼ਹੀਦ ਹੋ ਗਿਆ, ਉਹਦੀ ਮੌਤ ਹੋ ਗਈ ਤੇ ਕਹਿੰਦੇ ਕੀ ਹੋਇਆ, ਦੂਸਰੇ ਨੰਬਰ ਦੇ ਉੱਤੇ ਗਣੀ ਖਾਨ ਗਿਆ। ਇਹ ਗਣੀ ਖਾਨ ਡਰਦਾ ਡਰਦਾ ਜਦੋਂ ਇਹ ਵੀ ਪੌੜੀ ਲਾ ਕੇ ਤਾਂ ਚੜ੍ਹਿਆ, ਇਹਨੇ ਵੀ ਜਦੋਂ ਸਿਰ ਉਤਾਂਹ ਨੂੰ ਚੁੱਕਿਆ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹਦੇ ਉੱਤੇ ਵਾਰ ਕੀਤਾ ਤੇ ਦੋ ਟੋਟੇ ਕਰਕੇ ਇਹਨੂੰ ਥੱਲੇ ਧਰਤੀ ਦੇ ਉੱਤੇ ਸੁੱਟ ਦਿੱਤਾ। ਹੁਣ ਸਾਧ ਸੰਗਤ ਤੀਸਰੇ ਨੰਬਰ ਤੇ ਖਵਾਜਾ ਮਹਿਦੂਦ ਜਿਹੜਾ ਜਰਨੈਲ ਸੀ ਉਹ ਗਿਆ, ਪਰ ਉਹਦੇ ਬਾਰੇ ਸਤਿਗੁਰੂ ਨੇ ਜ਼ਫਰਨਾਮੇ ਦੇ ਵਿੱਚ ਲਿਖਿਆ। ਮਹਾਰਾਜ ਕਹਿੰਦੇ ਕਿ ਆ ਖਵਾਜਾ ਮਰਦੂਦ ਸ਼ਾਹੇ ਦੀਵਾਰ, ਨਿਆਮਤ ਬਾ ਮੈਦਾਂ ਬਾ ਮਰਦਨੇ ਵਾਰ। ਕਹਿੰਦੇ ਔਰੰਗਜ਼ੇਬ ਤੇਰੇ ਦੋ ਜਰਨੈਲ ਆਏ, ਉਹ ਬੜੀ ਬਹਾਦਰੀ ਦੇ ਨਾਲ ਚਮਕੌਰ ਦੀ ਗੜੀ ਦੇ ਕੋਲ ਆਏ, ਪੌੜੀ ਲਾ ਕੇ ਉਹ ਅੰਦਰ ਤੱਕ ਉਹਨਾਂ ਨੇ ਵੇਖਿਆ, ਪਰ ਇੱਕ ਜਰਨੈਲ ਜਿਹੜਾ ਤੂੰ ਭੇਜਿਆ ਸੀ ਨਾ ਜਿਸ ਦਾ ਨਾਂ ਖਵਾਜਾ ਮਰਦੂਦ, ਉਹ ਨਾ ਮਰਦਾਂ ਵਾਂਗੂ ਭੱਜ ਗਿਆ।
ना मरदा वांगू वापस भज गया। पागां वाले इत्थे मैं बेनती करनी चाहुंना, आया ते ओह वी वेखण सी, पर जदों उहने कलगीधर पातशाह महाराज दे दर्शन कीते ना, महाराज दे चेहरे दे दर्शन कीते, सच जाणियो ਉਹ ਮਹਾਰਾਜ ਦੇ ਚਿਹਰੇ ਦਾ ਨੂਰ ਵੇਖ ਕੇ ਨਾ, ਚਿਹਰੇ ਦਾ ਨੂਰ, ਉਹ ਡਰਦਿਆਂ ਹੀ ਵਾਪਸ ਦੌੜ ਗਿਆ, ਡਰ ਗਿਆ ਕਲਗੀਧਰ ਪਾਤਸ਼ਾਹ ਮਹਾਰਾਜ। ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਜਿਹੜਾ ਵੀ ਮਹਾਰਾਜ ਨੂੰ ਇੱਕ ਵਾਰੀ ਵੇਖ ਲੈਂਦਾ ਸੀ ਨਾ ਮਹਾਰਾਜ ਨੂੰ, ਉਹ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਹੀ ਮਰੀਦ ਬਣ ਜਾਂਦਾ ਸੀ। ਇਸੇ ਕਰਕੇ ਜੋਗੀ ਅੱਲਾ ਯਾਰ ਖਾਂ ਕਹਿੰਦਾ ਇਨਸਾਫ ਕਰੇ ਜ਼ੀ ਮੇ ਜ਼ਮਾਨਾ ਤੋਂ ਯਕੀਨ ਹੈ, ਕਹਿ ਦੋ ਕਿ ਗੋਬਿੰਦ ਸਿੰਘ ਕਾ ਸਾਨੀ ਹੀ ਨਹੀਂ ਹੈ, ਜੇ ਪਿਆਰ ਮਰੀਦੋਂ ਸੇ ਜੇ ਸ਼ਫਕਤ ਵੀ ਕਹੀਂ ਹੈ, ਭਗਤੀ ਮੈਂ ਗੁਰੂ ਅਰਸ਼ ਸੰਸਾਰ ਜਮੀ ਹੈ, ਉਲਫਤ ਕੇ ਜੇ ਜਜ਼ਬੇ ਕਹੀਂ ਦੇਖੇ ਨਹੀਂ ਹਮਨੇ, ਹੈ ਦੇਖਣਾ ਦੂਰ ਕੀ ਬਾਤ ਕਭੀ ਸੁਣੇ ਨਹੀਂ ਹਮਨੇ, ਕਰਤਾਰ ਕੀ ਸੌਗੰਧ ਹੈ ਬਾ ਨਾਨਕ ਕੀ ਕਸਮ ਹੈ, ਜਿਤਨੀ ਤਾਰੀਫ ਹੋ ਗੁਰੂ ਗੋਬਿੰਦ ਸਿੰਘ ਕੀ ਉਤਨੀ ਹੀ ਕਮ ਹੈ, ਹਰ ਚੰਦ ਮੇਰੇ ਹੱਥ ਮੇ ਪਰਜ਼ੋਰ ਕੀ ਕਲਮ ਹੈ, ਸਤਿਗੁਰ ਕੇ ਲਿਖੂ ਵਸਫ ਕਹਾਂ ਤਾਬੇ ਰਕਮ ਹੈ, ਇੱਕ ਆਂਖ ਸੇ ਕਿਆ ਬੁਲਬਲਾ ਕੁਲ ਬਹਿਰ ਕੋ ਦੇਖੇ, ਸਾਹਿਲ ਕੋ ਮੰਝ ਧਾਰ ਕੋ ਜਾਂ ਲਹਿਰ ਕੋ ਦੇਖੇ। ਉਹ ਕਹਿੰਦਾ ਉਹ ਦੁਨੀਆਂ ਦੇ ਲੋਕੋ, ਭਾਵੇਂ ਮੈਂ ਇੱਕ ਮੁਸਲਮਾਨ ਹਾਂ, ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ, ਨਾ ਤੇ ਗੁਰੂ ਗੋਬਿੰਦ ਸਿੰਘ ਵਰਗਾ ਇਸ ਦੁਨੀਆਂ ਤੇ ਕੋਈ ਆਇਆ ਏ, ਤੇ ਨਾ ਰਹਿੰਦੀ ਦੁਨੀਆਂ ਤੱਕ ਕੋਈ ਗੁਰੂ ਗੋਬਿੰਦ ਸਿੰਘ ਵਰਗਾ ਆਉਣਾ ਏ। ਸਾਧ ਸੰਗਤ, ਕਹਿੰਦੇ ਚੁੰਬਕੀ ਸ਼ਖਸੀਅਤ ਦੇ ਮਾਲਕ ਸੀ ਕਲਗੀਧਰ ਪਾਤਸ਼ਾਹ ਮਹਾਰਾਜ, ਚੁੰਬਕੀ ਸ਼ਖਸੀਅਤ ਦੇ, ਜਿਹੜਾ ਇੱਕ ਵਾਰੀ ਮਹਾਰਾਜ ਦੇ ਦਰਸ਼ਨ ਕਰ ਲੈਂਦਾ ਸੀ ਉਹ ਮਹਾਰਾਜ ਦਾ ਹੀ ਹੋ ਕੇ ਰਹਿ ਜਾਂਦਾ ਸੀ। ਹੁਣ ਵੇਖੋ ਜਦੋਂ ਦਿੱਲੀ ਦੀ ਧਰਤੀ ਤੋਂ ਔਰੰਗਜ਼ੇਬ ਨੇ ਤੋਰਿਆ ਨਾ ਸੈਦ ਖਾਂ ਨੂੰ, ਵੀ ਕਿਹੜਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਰ ਵੱਢ ਕੇ ਲਿਆਵੇਗਾ। ਹੁਣ ਸੱਚ ਜਾਣਿਓ ਭਾਗਾਂ ਵਾਲਿਓ, ਸੈਦ ਖਾਨ ਬੜਾ ਤਾਕਤਵਰ ਜਰਨੈਲ ਸੀ, ਉਹਨੇ ਹਿੰਮਤ ਕੀਤੀ, ਕਹਿੰਦਾ ਮੈਂ ਜਾਵਾਂਗਾ ਆਨੰਦਪੁਰ ਦੀ ਧਰਤੀ ਤੇ, ਤੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀਸ ਲੈ ਕੇ ਆਵਾਂਗਾ। ਹੁਣ ਸਾਧ ਸੰਗਤ, ਉਹ ਆਇਆ ਰਸਤੇ ਸਡੌਰੇ ਆਪਣੇ ਭੈਣ ਤੇ ਆਪਣੇ ਭਣਵਈਏ ਦੇ ਕੋਲ ਰਾਤ ਰਿਹਾ। ਅਗਲਾ ਦਿਨ ਹੋਇਆ ਉਹ ਨੂਰਪੁਰ ਬੇਦੀ ਪਹੁੰਚਿਆ, ਜਦੋਂ ਨੂਰਪੁਰ ਬੇਦੀ ਪਹੁੰਚਿਆ ਸਾਰੀ ਜੰਗ ਦੀ ਤਿਆਰੀ ਕੀਤੀ, ਅਗਲੇ ਦਿਨ ਉਹ ਆਨੰਦਪੁਰ ਸਾਹਿਬ ਪਹੁੰਚਿਆ। ਆਨੰਦਪੁਰ ਸਾਹਿਬ, ਹੁਣ ਸੱਚ ਜਾਣਿਓ ਇੱਕ ਪਾਸੇ ਮੈਦਾਨੇ ਜੰਗ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਕਲਗੀਧਰ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਸੀਸ ਦੇ ਉੱਤੇ ਨੀਲੀ ਦਸਤਾਰ ਸਜਾਈ ਹੋਈ ਹੈ, ਨੀਲਾ ਬਾਣਾ ਪਾਇਆ ਹੋਇਆ ਹੈ, ਹੱਥ ਦੇ ਵਿੱਚ ਕਿਰਪਾਨ ਹੈ, ਤੀਰਾਂ ਵਾਲਾ ਪੱਤਾ ਹੈ, ਮੋਢੇ ਦੇ ਉੱਤੇ ਬਾਜ ਹੈ ਸਤਿਗੁਰੂ ਦੇ, ਇੱਕ ਪਾਸੇ ਸੈਦ ਖਾਨ ਹੈ। ਸੈਦ ਖਾਨ ਦਿੱਲੀ ਤੋਂ ਮਹਾਰਾਜ ਦਾ ਸਿਰ ਵੱਢਣ ਵਾਸਤੇ ਆਇਆ ਹੈ। ਹੁਣ ਇੱਕ ਪਾਸੇ ਸੈਦ ਖਾਨ ਹੈ, ਇੱਕ ਪਾਸੇ ਕਲਗੀਧਰ ਪਾਤਸ਼ਾਹ ਮਹਾਰਾਜ। ਜਿਹੜਾ ਸੈਦ ਖਾਨ ਦਿੱਲੀ ਤੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀਸ ਲੈਣ ਆਇਆ, ਸਤਿਗੁਰਾਂ ਦਾ ਸੀਸ ਵੱਢਣ ਆਇਆ, ਜਦੋਂ ਉਹਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ, ਤੇ ਪਤਾ ਕੀ ਕਹਿੰਦਾ, ਕਹਿੰਦਾ ਖੁਦਾ ਆਇਦ ਖੁਦਾ ਆਇਦ ਖੁਦਾ ਆਇਦ ਬੰਦਾ ਹਕੀਕਤ ਦਰ ਮਜਾਜ ਆਇਦ ਕਿ ਬੰਦਾ ਰਾਹ ਰਣਦ ਜਿੰਦਾ। ਉਹ ਦੁਨੀਆਂ ਦੇ ਲੋਕੋ, ਉਹ ਸੰਸਾਰ ਦੇ ਲੋਕੋ, ਅੱਜ ਮੈਂ ਰੱਬ ਵੇਖ ਲਿਆ, ਅੱਜ ਮੈਂ ਪਰਮਾਤਮਾ ਵੇਖ ਲਿਆ। ਕਹਿੰਦਾ ਜਿਸ ਰੱਬ ਬਾਰੇ ਮੈਂ ਸੁਣਿਆ ਸੀ, ਜਿਸ ਰੱਬ ਨੂੰ ਮੈਂ ਯਾਦ ਕਰਦਾ ਸੀ, ਅੱਜ ਸਾਕਸ਼ਾਤ ਮੈਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚੋਂ ਉਸ ਰੱਬ ਦੇ ਉਸ ਪਰਮਾਤਮਾ ਦੇ ਦਰਸ਼ਨ ਹੋ ਗਏ। ਹੁਣ ਸਾਧ ਸੰਗਤ, ਇਹ ਤੋਂ ਪਤਾ ਲੱਗਦਾ ਵੀ ਮਹਾਰਾਜ ਕਿੱਡੀ ਵੱਡੀ ਸ਼ਖਸੀਅਤ ਦੇ ਮਾਲਕ ਸੀ, ਜਿਹੜਾ ਵੀ ਸਤਿਗੁਰੂ ਦੇ ਦਰਸ਼ਨ ਕਰ ਲੈਂਦਾ ਸੀ ਮਹਾਰਾਜ ਦਾ ਮੁਰੀਦ ਬਣ ਜਾਂਦਾ। ਜਦੋਂ ਮਹਾਰਾਜ ਦੇ ਚਿਹਰੇ ਦੇ ਦਰਸ਼ਨ ਕੀਤੇ, ਉਹ ਖਵਾਜਾ ਮਰਦੂਦ ਜਿਸ ਦਾ ਜ਼ਿਕਰ ਮਹਾਰਾਜ ਨੇ ਜ਼ਫਰਨਾਮੇ 'ਚ ਕੀਤਾ, ਮਹਾਰਾਜ ਕਹਿੰਦੇ ਉਹ ਨਾ ਮਰਦਾਂ ਵਾਂਗੂ ਭੱਜ ਗਿਆ। ਹੁਣ ਸਾਧ ਸੰਗਤ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਪਹਿਲਾ ਜੱਥਾ ਤੋਰਿਆ, ਭਾਈ ਹਿੰਮਤ ਸਿੰਘ ਦਾ ਜੱਥਾ ਗਿਆ ਜੀ ਪਹਿਲੇ ਨੰਬਰ 'ਤੇ। ਕੁਝ ਇਤਿਹਾਸਕਾਰ ਕਹਿੰਦੇ ਨੇ 8 ਸਿੰਘਾਂ ਦਾ ਜੱਥਾ ਤੋਰਿਆ, ਕੁਝ ਇਤਿਹਾਸਕਾਰ ਕਹਿੰਦੇ ਨੇ 5 ਸਿੰਘਾਂ ਦਾ ਜੱਥਾ ਤੋਰਿਆ। ਪਹਿਲਾ ਜੱਥਾ ਮਹਾਰਾਜ ਨੇ ਤੋਰਿਆ, ਪਹਿਲਾ ਜੱਥਾ 10 ਲੱਖ ਫੌਜ ਦਾ ਮੁਕਾਬਲਾ ਕਰਦੇ ਹੋਇਆ ਸ਼ਹਾਦਤ ਦਾ ਜਾਮ ਪੀ ਗਿਆ। ਮਹਾਰਾਜ ਨੇ ਮਗਰੇ ਹੀ ਦੂਜਾ ਜੱਥਾ ਤੋਰਿਆ, ਦੂਸਰਾ ਜੱਥਾ ਵੀ 10 ਲੱਖ ਫੌਜ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਂਦਾ ਹੈ। ਸਾਧ ਸੰਗਤ, ਜਦੋਂ 2-3 ਜੱਥਿਆਂ ਨੇ ਸ਼ਹਾਦਤ ਦੇ ਜਾਮ ਪੀਤੇ, ਸਾਰਾ ਨਜ਼ਾਰਾ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ ਸਾਹਿਬ ਵੇਖ ਰਹੇ ਸਨ। ਆ ਕੇ ਪਿਤਾ ਨੂੰ ਬੇਨਤੀ ਕੀਤੀ, ਪਿਤਾ ਜੀ ਮੈਂ ਵੀ ਮੈਦਾਨੇ ਜੰਗ ਦੇ ਵਿੱਚ ਜਾਣਾ।
ਜਦੋਂ ਆਹ ਗੱਲ ਕਹੀ ਨਾ ਕਲਗੀਧਰ ਪਾਤਸ਼ਾਹ ਨੂੰ, ਕਲਗੀਧਰ ਦੇ ਵੱਡੇ ਪੁੱਤ ਨੇ ਜਦੋਂ ਆਹ ਗੱਲ ਕਹੀ ਨਾ ਵੀ ਪਿਤਾ ਜੀ ਮੈਂ ਵੀ ਮੈਦਾਨੇ ਜੰਗ ਦੇ ਵਿੱਚ ਜਾਣਾ, ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਖੁਸ਼ ਹੋਏ, ਬੜੇ ਖੁਸ਼ ਹੋਏ। ਮਹਾਰਾਜ ਨੇ ਘੁੱਟ ਕੇ ਛਾਤੀ ਦੇ ਨਾਲ ਲਾਇਆ ਆਪਣੇ ਪੁੱਤ ਨੂੰ। ਸੱਚ ਜਾਣਿਓ ਭਾਗਾਂ ਵਾਲਿਓ, ਜਦੋਂ ਕਿਸੇ ਦੇ ਘਰ ਪੁੱਤ ਜੰਮਦਾ ਹੈ ਨਾ, ਹਰ ਇੱਕ ਮਾਂ ਪਿਓ ਦੀ ਖਾਹਿਸ਼ ਹੁੰਦੀ ਹੈ ਮੇਰਾ ਪੁੱਤ ਵੱਡਾ ਹੋ ਕੇ ਡਾਕਟਰ ਬਣੇ, ਮੇਰਾ ਪੁੱਤ ਵੱਡਾ ਹੋ ਕੇ ਇੰਜੀਨੀਅਰ ਬਣੇ, ਮੇਰਾ ਪੁੱਤ ਵੱਡਾ ਹੋ ਕੇ ਵਲੈਤ ਜਾਵੇ, ਵਲੈਤ ਵਿੱਚ ਜਾ ਕੇ ਬਾਹਰੋਂ ਡਾਲਰ ਭੇਜੇ, ਪਾਉਂਡ ਭੇਜੇ। ਸੱਚ ਜਾਣਿਓ ਕਲਗੀਧਰ ਦੇ ਦਿਲ ਦੀ ਵੀ ਇੱਕ ਖਾਹਿਸ਼ ਹੈ। ਜਦੋਂ ਬਾਬਾ ਅਜੀਤ ਸਿੰਘ ਸਾਹਿਬ ਕਹਿੰਦੇ ਨੇ ਨਾ ਕਿ ਪਿਤਾ ਜੀ ਮੈਂ ਵੀ ਮੈਦਾਨੇ ਜੰਗ ਵਿੱਚ ਜਾਣਾ, ਦੁਸ਼ਮਣਾਂ ਦੇ ਨਾਲ ਜੂਝਣਾ, ਦੁਸ਼ਮਣਾਂ ਦਾ ਮੁਕਾਬਲਾ ਕਰਨਾ, ਕਲਗੀਧਰ ਨੇ ਘੁੱਟ ਕੇ ਗਲ ਦੇ ਨਾਲ ਲਾਇਆ, ਆਪਣੀ ਕਿਰਪਾਨ ਮਹਾਰਾਜ ਨੇ ਦਿੱਤੀ। ਮਹਾਰਾਜ ਕਹਿੰਦੇ ਖਾਹਿਸ਼ ਹੈ ਰਣ ਮੇ ਤੁਮੇ ਜਾਤੇ ਹੋਏ ਦੇਖੇ, ਖਾਹਿਸ਼ ਹੈ ਆਖ ਸੇ ਬਰਸ਼ੀ ਤੁਮੇ ਖਾਤੇ ਹੋਏ ਦੇਖੇ। ਪੁੱਤਰਾ ਮੇਰੇ ਦਿਲ ਦਾ ਚਾਹ ਆ, ਮੇਰੇ ਦਿਲ ਦੀ ਖਾਹਿਸ਼ ਆ ਕਿ ਕਦੋਂ ਮੇਰਾ ਪੁੱਤ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਜਾਵੇ, ਦੁਸ਼ਮਣਾਂ ਦੇ ਨਾਲ ਮੁਕਾਬਲਾ ਕਰੇ, ਕਦੋਂ ਇਹਦੀ ਛਾਤੀ ਦੇ ਵਿੱਚ ਵਰਸ਼ਾ ਵੱਜੇ, ਮੈਂ ਆਪਣੇ ਪੁੱਤ ਨੂੰ ਆਪਣੀਆਂ ਅੱਖਾਂ ਦੇ ਨਾਲ ਸ਼ਹੀਦ ਹੁੰਦਿਆਂ ਵੇਖਣਾ ਚਾਹੁੰਦਾ ਆਪਣੇ ਪੁੱਤ ਨੂੰ। ਸਾਧ ਸੰਗਤ, ਮਹਾਰਾਜ ਨੇ ਤੋਰਿਆ, ਜਾਣ ਤੋਂ ਪਹਿਲਾਂ ਕਿਹਾ ਪੁੱਤਰਾ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਕੇ ਜਾਈ, ਤੇਰੇ ਅੰਦਰ ਉਸ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਖੂਨ ਹੈ ਜਿਹੜਾ ਤੱਤੀ ਤਵੀ ਤੇ ਬਹਿ ਕੇ ਡੋਲਿਆ ਨਹੀਂ। ਪੁੱਤਰੋ ਤੁਸੀਂ ਉਸ ਦਾਦੇ ਦੇ ਪੋਤਰੇ ਹੋ ਜਿਸ ਦਾਦੇ ਨੇ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਆਪਣੇ ਸੀਸ ਦਾ ਬਲੀਦਾਨ ਦਿੱਤਾ। ਸਭ ਤੋਂ ਵੱਡੀ ਗੱਲ ਪੁੱਤਰਾ ਇਹ ਗੱਲ ਚੇਤੇ ਰੱਖੀ, ਤੂੰ ਗੁਰੂ ਗੋਬਿੰਦ ਸਿੰਘ ਦਾ ਪੁੱਤ ਹੈ, ਜੇ ਤੂੰ ਡਰ ਕੇ ਵਾਪਸ ਆ ਗਿਆ, ਲੋਕਾਂ ਨੇ ਇਹ ਨਹੀਂ ਕਹਿਣਾ ਅਜੀਤ ਸਿੰਘ ਡਰ ਗਿਆ, ਲੋਕਾਂ ਨੇ ਇਹ ਕਹਿਣਾ ਗੁਰੂ ਗੋਬਿੰਦ ਸਿੰਘ ਦਾ ਪੁੱਤ ਡਰ ਗਿਆ, ਗੁਰੂ ਗੋਬਿੰਦ ਸਿੰਘ ਦਾ ਪੁੱਤ ਡਰ ਗਿਆ। ਸੱਚ ਜਾਣਿਓ ਭਾਗਾਂ ਵਾਲਿਓ, ਮਹਾਰਾਜ ਨੇ ਆਪਣੇ ਪੁੱਤ ਨੂੰ ਥਾਪੜਾ ਦੇ ਕੇ ਮੈਦਾਨੇ ਜੰਗ ਦੇ ਵਿੱਚ ਤੋਰਿਆ। ਬਾਬਾ ਅਜੀਤ ਸਿੰਘ ਸਾਹਿਬ ਗਏ ਪਹਿਲਾਂ ਕਿਰਪਾਨ ਦੇ ਨਾਲ ਜਾ ਕੇ, ਕਹਿੰਦੇ ਨੇ ਉਹਨਾਂ ਮੁਗਲਾਂ ਦਾ ਪਹਾੜੀਆਂ ਦਾ ਮੁਕਾਬਲਾ ਕੀਤਾ, ਕਹਿੰਦੇ ਲੜਦਿਆਂ ਲੜਦਿਆਂ ਕਿਰਪਾਨ ਦੋ ਟੋਟੇ ਹੋ ਗਈ। ਫਿਰ ਬਾਬਾ ਅਜੀਤ ਸਿੰਘ ਸਾਹਿਬ ਨੇ ਤੀਰਾਂ ਦੇ ਨਾਲ ਮੁਕਾਬਲਾ ਕੀਤਾ, ਕਹਿੰਦੇ ਤੀਰ ਵੀ ਖਤਮ ਹੋ ਗਏ। ਬਾਬਾ ਅਜੀਤ ਸਿੰਘ ਸਾਹਿਬ ਨੇ ਬਰਛਾ ਕੱਢਿਆ, ਨੇਜਾ ਕੱਢਿਆ, ਨੇਜੇ ਦੇ ਨਾਲ ਮੁਕਾਬਲਾ ਕੀਤਾ, ਕਹਿੰਦੇ ਨੇਜੇ ਦੀ ਨੋਕ ਵੀ ਟੁੱਟ ਗਈ। ਹੁਣ ਬਾਬਾ ਅਜੀਤ ਸਿੰਘ ਸਾਹਿਬ ਦੇ ਕੋਲ ਕੋਈ ਸ਼ਸਤਰ ਨਹੀਂ। ਸੱਚ ਜਾਣਿਓ ਉਹਨਾਂ ਮੁਗਲਾਂ ਨੇ ਇੱਕਦਮ ਘੇਰਾ ਪਾਇਆ, ਹਜ਼ਾਰਾਂ ਤੀਰ ਉਹਨਾਂ ਨੇ ਇੱਕੋ ਵਾਰੀ ਛੱਡੇ, ਉਹ ਸਾਰੇ ਦੇ ਸਾਰੇ ਬਾਬਾ ਅਜੀਤ ਸਿੰਘ ਦੀ ਛਾਤੀ ਦੇ ਵਿੱਚ ਆ ਕੇ ਵੱਜੇ। ਜਦੋਂ ਬਾਬਾ ਅਜੀਤ ਸਿੰਘ ਦੀ ਛਾਤੀ 'ਚ ਆ ਕੇ ਵੱਜੇ, ਉਹ ਧਰਤੀ ਦੇ ਉੱਤੇ ਡਿੱਗੇ ਨੇ ਤੇ ਸਾਰਾ ਨਜ਼ਾਰਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਦੇ ਉੱਤੇ ਬਹਿ ਕੇ ਵੇਖ ਰਹੇ ਨੇ। ਸੱਚ ਜਾਣਿਓ ਭਾਗਾਂ ਵਾਲਿਓ, ਕਿਸੇ ਮਾਂ ਪਿਓ ਦੇ ਸਾਹਮਣੇ ਉਹਦਾ ਜਵਾਨ ਪੁੱਤ ਚੜ੍ਹਾਈ ਕਰ ਜਾਵੇ ਤੇ ਉਹ ਮਾਂ ਪਿਓ ਤਾਹਾਂ ਮਾਰ ਮਾਰ ਕੇ ਰੋਂਦਾ ਹੈ, ਤਾਹਾਂ ਮਾਰ ਮਾਰ ਕੇ। ਮੈਂ ਕਹਿੰਦਾ ਕਿਸੇ ਮਾਂ ਪਿਓ ਦੇ ਸਾਹਮਣੇ ਉਹਦਾ ਜਵਾਨ ਪੁੱਤ ਮਰ ਜਾਵੇ, ਉਹ ਮਾਂ ਪਿਓ ਰੱਬ ਨੂੰ ਗਾਲਾਂ ਕੱਢਦਾ, ਰੱਬ ਨੂੰ, ਰੱਬਾ ਤੂੰ ਚੰਗੀ ਨਹੀਂ ਕੀਤੀ, ਤੂੰ ਮੇਰੇ ਨਾਲ ਬੜੀ ਮਾੜੀ ਕੀਤੀ ਏ। ਮੈਂ ਕਹਿੰਦਾ ਕੈਸਾ ਜ਼ਿਗਰਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਸਾਹਮਣੇ ਪੁੱਤ ਹਜ਼ਾਰਾਂ ਤੀਰ ਬਰਛੀਆਂ ਕਾ ਕੇ ਸ਼ਹਾਦਤ ਦਾ ਜਾਮ ਪੀਂਦਾ ਏ, ਮੇਰਾ ਬਾਪੂ ਚਮਕੌਰ ਦੀ ਗੜੀ ਤੇ ਖਲੋ ਕੇ ਪੰਜ ਜਕਾਰੇ ਲਾ ਕੇ ਉਸ ਰੱਬ ਦਾ ਸ਼ੁਕਰਾਨਾ ਕਰਦਾ ਏ, ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਏ। ਮੈਂ ਕਹਿੰਦਾ ਇੱਥੇ ਹੀ ਬਸ ਨਹੀਂ, ਛੋਟਾ ਪੁੱਤ ਆਇਆ, ਹੁਣ ਇੱਕੋ ਹੀ ਪੁੱਤ ਹੈ ਮਹਾਰਾਜ ਦੇ ਕੋਲ, ਇੱਕੋ ਹੀ, ਦੋ ਦਾ ਕੋਈ ਪਤਾ ਨਹੀਂ ਕਿੱਥੇ ਹੈ। ਵੱਡਾ ਪੁੱਤ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਿਆ, ਹੁਣ ਇੱਕੋ ਪੁੱਤ ਬਾਬਾ ਜੁਝਾਰ ਸਿੰਘ ਕੋਲ ਹੈ। ਮੈਂ ਕਹਿੰਦਾ ਇਕੱਲੇ ਇਕੱਲੇ ਨੂੰ ਤੇ ਹਰ ਕੋਈ ਸਾਂਭ ਕੇ ਰੱਖਦਾ, ਕਿਉਂ ਜੀ, ਜਿੰਨਾਂ ਮਾਪਿਆਂ ਦੇ ਇਕੱਲੇ ਇਕੱਲੇ ਪੁੱਤ ਨੇ ਬੜੇ ਲਾਡਾਂ ਚਾਵਾਂ ਦੇ ਨਾਲ ਪੁੱਤਰਾਂ ਨੂੰ, ਜਿੰਨਾ ਮਰਜ਼ੀ ਧੀ ਪੁੱਤ ਗਲਤੀ ਕਰੇ ਮਾਂ ਪਿਓ ਕੁਝ ਨਹੀਂ ਕਹਿੰਦਾ ਵੀ ਸਾਡਾ ਇਕੱਲਾ ਇਕੱਲਾ ਪੁੱਤ ਕਿਤੇ ਘਰ ਛੱਡ ਕੇ ਭੱਜ ਨਾ ਜਾਵੇ, ਕਿਤੇ ਕੁਝ ਗਲਤ ਨਾ ਕਰ ਬੈਠੇ। ਕਮਾਲ ਦੀ ਗੱਲ ਹੈ ਸਾਧ ਸੰਗਤ, ਇਕੱਲਾ ਇਕੱਲਾ ਪੁੱਤ ਬਾਬਾ ਜੁਝਾਰ ਸਿੰਘ ਕੋਲ ਬਚਿਆ। ਜਦੋਂ ਬਾਬਾ ਅਜੀਤ ਸਿੰਘ ਸ਼ਹੀਦੀ ਦਾ ਜਾਮ ਪੀਂਦੇ ਨੇ, ਬਾਬਾ ਜੁਝਾਰ ਸਿੰਘ ਮਹਾਰਾਜ ਦੇ ਕੋਲ ਆਏ, ਪਿਤਾ ਜੀ ਮੈਂ ਵੀ ਮੈਦਾਨੇ ਜੰਗ ਦੇ ਵਿੱਚ ਜਾਣਾ। ਬੜਾ ਰੋਕਿਆ ਪਿਆਰੇ ਭਾਈ ਦਇਆ ਸਿੰਘ ਨੇ, ਮਹਾਰਾਜ ਇਹ ਕੰਮ ਨਾ ਕਰੋ, ਤੁਸੀਂ ਵੀ ਚਲੇ ਜਾਓ, ਸਾਹਿਬਜ਼ਾਦਿਆਂ ਨੂੰ ਵੀ ਲੈ ਜਾਓ। ਪਰ ਨਹੀਂ, ਸਾਧ ਸੰਗਤ, ਬਾਬਾ ਜੁਝਾਰ ਸਿੰਘ ਮਹਾਰਾਜ ਦੇ ਕੋਲ ਆਏ, ਪਿਤਾ ਜੀ ਮੈਂ ਵੀ ਮੈਦਾਨੇ ਜੰਗ ਦੇ ਵਿੱਚ ਜਾਣਾ, ਮੈਂ ਆਪਣੇ ਭਰਾ ਤੋਂ ਬਿਨਾਂ ਨਹੀਂ ਰਹਿ ਸਕਦਾ। ਅਨੰਦਪੁਰ ਦੀ ਧਰਤੀ ਤੇ ਅਸੀਂ ਇਕੱਠੇ ਖੇਡਦੇ ਸੀ, ਇਕੱਠੇ ਖਾਂਦੇ ਸੀ, ਇਕੱਠੇ ਸੌਂਦੇ ਸੀ, ਮੇਰਾ ਭਰਾ ਮੈਨੂੰ ਛੱਡ ਕੇ ਚਲੇ ਗਿਆ, ਮੈਂ ਵੀ ਆਪਣੇ ਭਰਾ ਦੇ ਕੋਲ ਜਾਣਾ। ਭਾਈ ਸੇ ਵਿਛੜ ਕਰ
हमें जीना नहीं आता, खाना नहीं सोना नहीं पीना नहीं पाता। जदों बाबा जुझार सिंह ने यह गल कही ना भी मैं भी मैदाने जंग दे विच जाना, महाराज ने यह नहीं कहा भी पुत्रा तू कल्ला कल्ला तेनू जान नहीं देना, महाराज ने छाती दे नाल लाया, नहीं भागा वाले हो, महाराज कहिंदे लो जाओ सिधारो, तुम्हें करतार को सौंपा, मरो जा मारो, तुम्हें करतार को सौंपा, रब को ना बिसारो, तुम्हें करतार को सौंपा। भागा वाले हो, कलगीधर पातशाह महाराज ने बाबा जुझार सिंह नूं भी मैदाने जंग दे अंदर तोरिया। कहिंदे बाबा जुझार सिंह मैदाने जंग दे विच गए, 10 लाख फौज का मुकाबला करदे होया बाबा जुझार सिंह भी शहादत का जाम पी गए। जदों वड्डा पुत शहीद होया उदों भी 5 जकारे ला के कलगियां वाला बापू उस रब का शुकराना करता है, ते जदों अखां दे सामने बाबा जुझार सिंह शहादत का जाम पींदे ने फिर धन गुरु गोबिंद सिंह महाराज 5 जकारे ला के उस परमात्मा का उस वाहेगुरु का शुकराना करते हैं। कहिंदे इत्थे किसी विद्वान ने बड़ा सोहना लिखिया, वह कहिंदा हस शहीदी पा गया जद लाल छुटेरा, अखां सावें हो गया वह बेरा बेरा, उंगल ला के लै गया उहनू वीर वडेरा, हथ बन बोले सतगुरु वाह भाणा तेरा, पंथ वसे मैं उजड़ा मन चाओ कनेरा, वाहो वाहो गोबिंद सिंह धन तेरा जेरा, वाहो वाहो गोबिंद सिंह धन तेरा जेरा। हे धन गुरु गोबिंद सिंह महाराज तुसी भी धन हो, ते सतगुरु जी तुहाडा जिगरा भी धन है, तुहाडा जिगरा भी धन है। केड़ा माँ प्यो है जिहड़ा अपने पुत नूं मरदिआं वेख सकदा है। मैं कहिंदा जिद्दण हजरत मुहम्मद साहब दा सब तो छोटा सपुत्र इब्राहिम चढ़ाई कीता ना, इतिहास कहिंदा हजरत मुहम्मद साहब दी रो रो के दाड़ी भिज गई सी, रो रो के दाड़ी। जिद्दण रामचंद्र जी घरों चले ने, पुत प्यो बनेरे ते चढ़ के वेख रहे अपने पुत नूं, जदों पुत अखां तो ओले हो गया, राजे दशरथ ने छत तो छाल मार दिती, उन्हें आत्महत्या कर ली। कहिंदे जदों इब्राहिम रब नूं मिलिया, रब कहिंदा तू मैनूं किन्ना कु प्यार करदा, कहिंदा बहुत प्यार करदा। रब कहिंदा मेरे करके अपने पुत दी कुर्बानी दे सकदा, कहिंदा बिल्कुल दे सकदा। जदों पुत अखां दे सामने आया, पुत नूं मारन लगा, पुत दा मोह जाग पिया, कहिंदा मेरियां अखां दे उत्ते पट्टी बन दिओ, पट्टी बन दित्ती भी मैं अपने पुत नूं नहीं मार सकदा। जदों पट्टी बन्नी कहिंदा जदों मैं इहनूं मारना इहदियां चीकां निकलदियां, इहदियां चीकां मेरे कोलों सुणियां नहीं जाणियां, मेरे कन्नां च रूह दे दिओ। कहिंदे कन्नां च रूह भी दे दित्ता, सच जाणिओ भागां वालिओ, कन्नां दे विच रूह भी दे दित्ता, अखां ते पट्टी भी बन दित्ती, पर तां वी उह अपने पुत नूं खत्म नहीं कर सकिया। क्यों? क्योंकि पुत दा मोह जाग पिया। धन कलगीधर पातशाह महाराज जिन्हां दियां अखां दे सामने दोवें पुत शहादत दा जाम पींदे ने, पर जोगी अल्लाह यार खां कहिंदा जाकूब को यूसुफ के बिछड़ने ने रुलाया, कटवा के 4 पिसर एक आसू ना गिराया। साध संगत रात पई, पंजा सिंघां दे रूप विच, पंजा प्यारियां दे रूप विच महाराज नूं बेनती कीती, महाराज चमकौर दी गढ़ी नूं छड के चले जाओ। सतगुरु जी जे तुसी शहीद हो गए तुहाडे वर्गा गुरु नहीं लभना, सच जाणिओ भागा वालिओ। कलगीधर पातशाह महाराज जाना नहीं सी चाहुंदे, महाराज उत्थे लड़ना चाहुंदे सी दुश्मनां दे नाल, पर जदों पंजा प्यारियां ने बेनती कीती महाराज ने उहनां दी बेनती नूं मन्निआ। अद्धी रात होई, सतगुरु जी चमकौर दी गढ़ी दे विच्चों बाहर निकले जी। मैं बस 5 मिंट दे विच फतेह बुलाउण लगा, क्योंकि मेरे अति सत्कारयोग भाई गुरदीप सिंह जी कपूरथले वाले, जिन्हां ने बहुत समा गुरद्वारा दुख निवारण साहिब लुधियाणे तो लाइव हाजरी भरी है, तकरीबन बहुत समा लाइव सिख संगतां ने इन्हां दे दर्शन कीते ने, ते सतगुरु की अपार कृपा है मंजी साहब तो भी आपां इन्हां दे दर्शन करदे हां, संगत विच सुभाए मान ने, मेरे तो बाद उन्होंने हाजरी भरनी है। आ जिहड़ी बेनती कर लगा, यह बेनती करके मैं समाप्ति कर देनी है, ये बेनती नूं ध्यान नाल सुनियो भागां वालिओ। जदों पंजा प्यारियां ने बेनती की, हुक्म किया महाराज तुसीं आनंदपुर छड दिओ, जे तुसीं शहीद हो गए जिहड़ा घाटा साडी कौम नूं पैना है ना महाराज, अपनी कौम नूं पैना है, वह घाटा कदी पूरा नहीं होना। कहिंदे कलगीधर पातशाह महाराज ने फैसला किया, ते अद्धी रात नूं महाराज ने चमकौर दी गढ़ी नूं छड्डिया।
ਹੁਣ ਰਾਤ ਪਈਏ ਰਾਤ ਭਾਗਾਂ ਵਾਲਿਓ, ਰਾਤ ਪਈਏ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਨੇ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਨੇ, ਇੱਕ ਦੋ ਸਿੰਘ ਜਿਹੜੇ ਨੇ ਉਹ ਚਮਕੌਰ ਦੀ ਗੜੀ ਦੇ ਵਿੱਚ ਬਚੇ ਨੇ, ਜਿਨ੍ਹਾਂ ਨੇ ਅਗਲੇ ਦਿਨ ਮੁਕਾਬਲਾ ਕੀਤਾ ਅਤੇ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ 'ਚੋਂ ਬਾਹਰ ਨਿਕਲੇ, ਮਹਾਰਾਜ ਚੋਰੀ ਨਹੀਂ ਨਿਕਲੇ, ਮਹਾਰਾਜ ਕਹਿੰਦੇ ਪੀਰੇ ਹਿੰਦ ਮੈਂ ਰਵਦ, ਵੀ ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਜਿਸ ਵਿੱਚ ਹਿੰਮਤ ਹੈ ਉਹ ਫੜ ਲਵੇ। ਮਹਾਰਾਜ ਸਾਰਿਆਂ ਨੂੰ ਦੱਸ ਕੇ ਗਏ, ਲਲਕਾਰ ਕੇ ਗਏ ਕਲਗੀਧਰ ਪਾਤਸ਼ਾਹ ਮਹਾਰਾਜ। ਹੁਣ ਜਦੋਂ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚੋਂ ਬਾਹਰ ਨਿਕਲੇ ਨਾ ਬਾਹਰ, ਕਹਿੰਦੇ ਮਹਾਰਾਜ ਤੁਰੇ ਜਾ ਰਹੇ ਨੇ, ਕਲਗੀਧਰ ਪਾਤਸ਼ਾਹ ਤੁਰੇ ਜਾ ਰਹੇ ਨੇ। ਕਹਿੰਦੇ ਤੁਰਦਿਆਂ ਤੁਰਦਿਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੈਰ ਨੂੰ ਠੇਡਾ ਲੱਗਾ। ਵੈਸੇ ਸਤਿਗੁਰੂ ਦੇ ਚਰਨ ਹੁੰਦੇ ਨੇ, ਪੈਰ ਸ਼ਬਦ ਵਰਤਣਾ ਇੱਥੇ ਵਾਜਬ ਨਹੀਂ, ਪਰ ਮੈਂ ਇਸ ਕਰਕੇ ਵਰਤ ਰਿਹਾ, ਕਈਆਂ ਨੂੰ ਸਮਝ ਨਹੀਂ ਲੱਗਦੀ। ਜਦੋਂ ਚਮਕੌਰ ਦੀ ਗੜੀ 'ਚੋਂ ਸਤਿਗੁਰੂ ਬਾਹਰ ਨਿਕਲੇ ਨੇ, ਮਹਾਰਾਜ ਤੁਰੇ ਜਾ ਰਹੇ ਨੇ, ਕਹਿੰਦੇ ਤੁਰਦਿਆਂ ਤੁਰਦਿਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੈਰ ਨੂੰ ਠੇਡਾ ਲੱਗਾ। ਭਾਗਾਂ ਵਾਲਿਓ, ਸੱਚ ਜਾਣਿਓ, ਉਹ ਠੇਡਾ ਕਿਸੇ ਇੱਟ ਦਾ ਨਹੀਂ, ਉਹ ਠੇਡਾ ਕਿਸੇ ਪੱਥਰ ਦਾ ਨਹੀਂ, ਉਹ ਠੇਡਾ ਕਿਸੇ ਰੋੜੇ ਦਾ ਨਹੀਂ, ਬਲਕਿ ਉੱਥੇ ਬਾਬਾ ਜੁਝਾਰ ਸਿੰਘ ਦੀ ਲਾਸ਼ ਪਈ ਹੋਈ ਹੈ, ਬਾਬਾ ਜੁਝਾਰ ਸਿੰਘ ਦੀ ਲਾਸ਼। ਕਹਿੰਦੇ ਆਪਣੀ ਪੁੱਤ ਦੇ ਲਾਸ਼ ਨਾਲ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਠੇਡਾ ਲੱਗਾ। ਮਹਾਰਾਜ ਨੇ ਵੇਖਿਆ ਵੀ ਮੇਰਾ ਪੁੱਤ ਜੁਝਾਰ ਸਿੰਘ ਇੱਥੇ ਸ਼ਹੀਦ ਹੋਇਆ ਪਿਆ। ਸੱਚ ਜਾਣਿਓ ਭਾਗਾਂ ਵਾਲਿਓ, ਮਹਾਰਾਜ ਚੁੱਪ ਕਰਕੇ ਅੱਗੇ ਲੰਘ ਗਏ, ਕੋਈ ਪਿਆਰ ਨਹੀਂ ਕੀਤਾ, ਕੋਈ ਆਪਣੇ ਪੁੱਤ ਦਾ ਮੁੱਖ ਨਹੀਂ ਚੁੰਮਿਆ ਵੀ ਮੈਂ ਜਾ ਰਿਹਾ ਦੁਬਾਰਾ ਕਦੀ ਆਪਣੇ ਪੁੱਤਰਾਂ ਨੂੰ ਨਹੀਂ ਮਿਲਣਾ, ਇੱਕ ਵਾਰੀ ਮੈਂ ਆਪਣੇ ਪੁੱਤ ਨੂੰ ਗਲ ਨਾਲ ਲਾ ਲਵਾਂ, ਆਪਣੇ ਪੁੱਤਰਾਂ ਨੂੰ ਪਿਆਰ ਕਰ ਲਵਾਂ। ਮਹਾਰਾਜ ਨੇ ਜਦੋਂ ਵੇਖਿਆ ਵੀ ਮੇਰਾ ਪੁੱਤ ਜੁਝਾਰ ਸਿੰਘ ਹੈ, ਮਹਾਰਾਜ ਚੁੱਪ ਕਰਕੇ ਅੱਗੇ ਲੰਘ ਗਏ। ਪਿੱਛੇ ਪਿਆਰੇ ਭਾਈ ਦਇਆ ਸਿੰਘ ਆ ਰਹੇ ਨੇ, ਭਾਈ ਦਇਆ ਸਿੰਘ ਨੇ ਵੇਖਿਆ ਬਾਬਾ ਜੁਝਾਰ ਸਿੰਘ ਦੀ ਲਾਸ਼ ਪਈ ਹੈ, ਇੱਦਾਂ ਭਾਈ ਦਇਆ ਸਿੰਘ ਬੈਠੇ ਨੇ, ਭਾਈ ਦਇਆ ਸਿੰਘ ਬਾਬਾ ਜੁਝਾਰ ਸਿੰਘ ਨੂੰ ਪਿਆਰ ਕਰਦੇ ਪਏ ਨੇ। ਜਦੋਂ ਕਮਰ ਕੱਸਾ ਖੋਲ੍ਹ ਕੇ ਭਾਈ ਦਇਆ ਸਿੰਘ ਬਾਬਾ ਜੁਝਾਰ ਸਿੰਘ ਦੀ ਲਾਸ਼ ਨੂੰ ਢੱਕਣ ਲੱਗੇ ਨਾ ਢੱਕਣ ਲੱਗੇ, ਕਹਿੰਦੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਨਜ਼ਰ ਪਈ ਬਾਬਾ ਭਾਈ ਦਇਆ ਸਿੰਘ ਦੇ ਉੱਤੇ, ਕਲਗੀਧਰ ਪਾਤਸ਼ਾਹ ਮਹਾਰਾਜ ਦੀ ਨਜ਼ਰ ਪੈਂਦੀ ਹੈ ਭਾਈ ਦਇਆ ਸਿੰਘ ਉੱਤੇ। ਇੱਥੇ ਇੱਕ ਵਿਦਵਾਨ ਨੇ ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਨੇ, ਉਹ ਕਹਿੰਦਾ ਜਦੋਂ ਪਿਆਰੇ ਭਾਈ ਦਇਆ ਸਿੰਘ ਕਮਰ ਕੱਸਾ ਖੋਲ੍ਹ ਕੇ ਬਾਬਾ ਜੁਝਾਰ ਸਿੰਘ ਦੀ ਲਾਸ਼ ਨੂੰ ਢੱਕਣ ਲੱਗੇ ਨੇ, ਕਹਿੰਦੇ ਬੱਦਲਾਂ 'ਚੋਂ ਬਿਜਲੀ ਚਮਕੀ, ਕਲਗੀਧਰ ਨੇ ਪਿੱਛੇ ਵੇਖਿਆ ਵੀ ਪਿਆਰੇ ਭਾਈ ਦਇਆ ਸਿੰਘ ਕਮਰ ਕੱਸਾ ਖੋਲ੍ਹ ਰਹੇ ਨੇ, ਬਾਬਾ ਜੁਝਾਰ ਸਿੰਘ ਦੀ ਲਾਸ਼ ਨੂੰ ਢੱਕ ਰਹੇ ਨੇ। ਉੱਥੇ ਵਿਦਵਾਨ ਨੇ ਬੜੀਆਂ ਸੋਹਣੀਆਂ ਲਾਈਨਾਂ ਲਿਖੀਆਂ, ਉਹ ਕਹਿੰਦਾ ਬੱਦਲਾਂ 'ਚੋਂ ਬਿਜਲੀ ਚਮੱਕੇ ਸੀ ਮਾਰਦੀ, ਬੱਦਲਾਂ 'ਚੋਂ ਬਿਜਲੀ ਚਮੱਕੇ ਸੀ ਮਾਰਦੀ, ਹੋਈ ਰਸ਼ੁਨਾਈ ਜਾਂ ਸੁਨਹਿਰੀ ਜਹੀ ਤਾਰ ਦੀ, ਹੋਈ ਰਸ਼ੁਨਾਈ ਜਾਂ ਸੁਨਹਿਰੀ ਜਹੀ ਤਾਰ ਦੀ, ਦਇਆ ਸਿੰਘ ਵੱਲੇ ਨਿਗਾਹ ਗਈ ਜਾਂ ਦਤਾਰ ਦੀ, ਪੱਟਾਂ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ, ਦਇਆ ਸਿੰਘ ਵੱਲੇ ਨਿਗਾਹ ਗਈ ਜਾਂ ਦਤਾਰ ਦੀ, ਪੱਟਾਂ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ, ਉਹ ਮੌਤ ਦੇ ਹਨੇਰੇ ਵਿੱਚ ਜ਼ਿੰਦਗੀ ਸੀ ਝੂਮਦੀ, ਮੌਤ ਦੇ ਹਨੇਰੇ ਵਿੱਚ ਜ਼ਿੰਦਗੀ ਸੀ ਝੂਮਦੀ, ਬੋਲੇ ਦਇਆ ਸਿੰਘ ਲਾਸ਼ ਤੱਕ ਕੇ ਮਸੂਮ ਦੀ, ਬੋਲੇ ਦਇਆ ਸਿੰਘ ਲਾਸ਼ ਤੱਕ ਕੇ ਮਸੂਮ ਦੀ, ਉਹ ਜ਼ਿੰਦਗੀ ਦੇ ਦਾਤ ਆ ਸੁਨਹਿਰੀ ਬਾਜਾਂ ਵਾਲਿਆ, ਜ਼ਿੰਦਗੀ ਦੇ ਦਾਤ ਆ ਸੁਨਹਿਰੀ ਬਾਜਾਂ ਵਾਲਿਆ, ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ, ਜ਼ਿੰਦਗੀ ਦੇ ਦਾਤ ਆ ਸੁਨਹਿਰੀ ਬਾਜਾਂ ਵਾਲਿਆ, ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ, ਉਹ ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ, ਇੱਕ ਵਾਰੀ ਚੁੱਕ ਦਾਤਾ ਸੀਨੇ ਕਿਉਂ ਨਾ ਲਾ ਲਿਆ, ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ, ਇੱਕ ਵਾਰੀ ਚੁੱਕ ਦਾਤਾ ਸੀਨੇ ਕਿਉਂ ਨਾ ਲਾ ਲਿਆ, ਬੜੇ ਹੀ ਗਰੀਬ ਮਾਪੇ ਜੱਗ ਵਿੱਚ ਪਏ ਨੇ, ਕਫਨੋ ਬਗੈਰ ਦਾਤਾ ਕਿਹਦੇ ਪੁੱਤ ਗਏ ਨੇ। ਮਹਾਰਾਜ ਤੁਸੀਂ ਕਹਿੰਦੇ ਹੋ ਮੈਂ ਕਮਰ ਕੱਸਾ ਨਾ ਪਾਵਾਂ, ਸਤਿਗੁਰੂ ਜੀ ਇੱਥੇ ਤੇ ਕਿਸੇ ਪਿੰਡ ਦੇ ਗਰੀਬ ਪਰਿਵਾਰ ਦੇ ਵਿੱਚ ਕੋਈ ਚੜ੍ਹਾਈ ਕਰ ਜਾਵੇ, ਜਿਨ੍ਹਾਂ ਕੋਲ ਸੰਸਕਾਰ ਕਰਨ ਜੋਗੇ ਪੈਸੇ ਨਾ ਹੋਣ ਤੇ ਆਂਢੀ ਗਵਾਂਢੀ ਪੈਸੇ ਇਕੱਠੇ ਕਰਕੇ ਉਹਦੇ ਸੰਸਕਾਰ ਦਾ ਵੀ ਪ੍ਰਬੰਧ ਕਰ ਦਿੰਦੇ ਨੇ ਤੇ ਉਹਦੇ ਕਫਨ ਦੀ ਵੀ ਤਿਆਰੀ ਕਰ ਦਿੰਦੇ ਨੇ। ਮਹਾਰਾਜ ਇਹ ਤੇ ਫਿਰ ਤੁਹਾਡੇ ਪੁੱਤ ਨੇ, ਤੁਹਾਡੇ ਕਲਗੀਧਰ ਜੀ ਇਹ ਤੇ ਤੁਹਾਡੇ ਪੁੱਤ ਨੇ।
ਤੁਹਾਡੇ ਪੁੱਤ ਨੇ। ਮੌਤ ਦੇ ਹਨੇਰੇ ਵਿੱਚ ਜ਼ਿੰਦਗੀ ਸੀ ਝੂਮਦੀ, ਬੋਲੇ ਦਇਆ ਸਿੰਘ ਲਾਸ਼ ਤੱਕ ਕੇ ਮਸੂਮ ਦੀ। ਜ਼ਿੰਦਗੀ ਦੇ ਦਾਤੇ ਆ ਸੁਨਹਿਰੀ ਬਾਜਾਂ ਵਾਲਿਆ, ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ, ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ, ਇੱਕ ਵਾਰੀ ਚੁੱਕ ਦਾਤਾ ਸੀਨੇ ਕਿਉਂ ਨਾ ਲਾ ਲਿਆ। ਉਹ ਬੜੇ ਹੀ ਗਰੀਬ ਮਾਪੇ ਜੱਗ ਵਿੱਚ ਪਏ ਨੇ, ਕਫਨੋ ਬਗੈਰ ਦਾਤਾ ਕਿਹਦੇ ਪੁੱਤ ਗਏ ਨੇ। ਭਾਈ ਦਇਆ ਸਿੰਘ ਪਤਾ ਕੀ ਕਹਿੰਦੇ, ਕਹਿੰਦੇ ਜੀ ਚਾਹੁੰਦਾ ਇੱਥੇ ਕੁਝ ਪਿਆਰ ਜਿੱਤ ਲਾ ਦਿਆਂ, ਨਭਾਈ ਦੀ ਅਖੀਰ ਉਹ ਮੈਂ ਰਸਮ ਨਿਭਾ ਦਿਆਂ, ਪੱਗ ਲਾ ਕੇ ਸੀਸ ਦੀ ਦੋ ਟੋਟ ਕੇ ਬਣਾ ਦਿਆਂ, ਦੋਵਾਂ ਦੇ ਸਰੀਰਾਂ ਉੱਤੇ ਅੱਧੀ ਅੱਧੀ ਪਾ ਦਿਆਂ। ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਵਾਬ ਦਿੰਦੇ ਨੇ, ਬੋਲੇ ਦਸ਼ਮੇਸ਼ ਪਿਤਾ ਮੁੱਖੋਂ ਲਲਕਾਰ ਕੇ, ਬੋਲੇ ਦਸ਼ਮੇਸ਼ ਪਿਤਾ ਮੁੱਖੋਂ ਲਲਕਾਰ ਕੇ, ਲੈਣਾ ਕੀ ਏ ਦਇਆ ਸਿੰਘਾ ਪੁੱਤਾਂ ਨੂੰ ਪਿਆਰ ਕੇ, ਲੈਣਾ ਕੀ ਏ ਦਇਆ ਸਿੰਘਾ ਪੁੱਤਾਂ ਨੂੰ ਪਿਆਰ ਕੇ, ਬੋਲੇ ਦਸ਼ਮੇਸ਼ ਪਿਤਾ ਮੁੱਖੋਂ ਲਲਕਾਰ ਕੇ, ਲੈਣਾ ਕੀ ਏ ਦਇਆ ਸਿੰਘਾ ਪੁੱਤਾਂ ਨੂੰ ਪਿਆਰ ਕੇ, ਵੇਖ ਨਾ ਮੈਦਾਨ ਅੰਦਰ ਜ਼ਰਾ ਨਿਗਾਹ ਮਾਰ ਕੇ, ਸਿੰਘ ਵੀ ਸ਼ਹੀਦ ਹੋਏ ਕਈ ਜਾਨਾਂ ਵਾਰ ਕੇ, ਕਈ ਜਾਨਾਂ ਵਾਰ ਕੇ। ਲਾਲਾਂ ਜਹੇ ਲਾਲ ਇਹ ਵੀ ਮਾਪਿਆਂ ਦੇ ਲਾਲ ਨੇ, ਬਿਨਾਂ ਤਨਖਾਹੋਂ ਇਹ ਰਹੇ ਮੇਰੇ ਨਾਲ ਨੇ। ਉਹ ਖਾਲਸੇ ਨੂੰ ਛੱਡ, ਖਾਲਸੇ ਨੂੰ ਛੱਡ ਕਿੱਦਾਂ ਪਿਆਰ ਪੁੱਤਾਂ ਦਾ ਜਿਤਾ ਦਿਆਂ, ਦਇਆ ਸਿੰਘਾ ਸਿੱਖੀ ਚ ਵਖੇਵਾਂ ਕਿੱਦਾਂ ਪਾ ਦਿਆਂ, ਦਇਆ ਸਿੰਘਾ ਸਿੱਖੀ ਚ ਵਖੇਵਾਂ ਕਿੱਦਾਂ ਪਾ ਦਿਆਂ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਬੋਲੇ ਦਸ਼ਮੇਸ਼ ਪਿਤਾ ਮੁੱਖੋਂ ਲਲਕਾਰ ਕੇ, ਲੈਣਾ ਕੀ ਹੈ ਦਇਆ ਸਿੰਘਾ ਪੁੱਤਾਂ ਨੂੰ ਪਿਆਰ ਕੇ, ਵੇਖਣਾ ਮੈਦਾਨ ਅੰਦਰ ਜ਼ਰਾ ਨਿਗਾਹ ਮਾਰ ਕੇ, ਸਿੰਘ ਵੀ ਸ਼ਹੀਦ ਹੋਏ ਕਈ ਜਾਨਾਂ ਵਾਰ ਕੇ, ਬਿਨਾਂ ਤਨਖਾਹੋਂ ਜਿਹੜੇ ਰਹੇ ਮੇਰੇ ਨਾਲ ਨੇ, ਦੁੱਖ ਸੁੱਖ ਵੇਲੇ ਜਿਹੜੇ ਮੇਰੇ ਭਾਈ ਵਾਲ ਨੇ, ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਉਹ ਮੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਉਹ ਚੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਉਹ ਚੁੱਕਦਾ। ਭਾਈ ਦਇਆ ਸਿੰਘ ਜੀ, ਕੱਲੇ ਮੇਰੇ ਪੁੱਤ ਨਹੀਂ ਸ਼ਹੀਦ ਹੋਏ, ਇੱਥੇ ਮੇਰੇ 40 ਸਿੰਘ ਵੀ ਸ਼ਹੀਦ ਹੋਏ ਨੇ, ਜਿਨ੍ਹਾਂ ਨੂੰ ਮੈਂ ਪੁੱਤਰਾਂ ਨਾਲੋਂ ਵੀ ਵੱਧ ਕੇ ਪਿਆਰ ਕਰਦਾ। ਜੇ ਇੰਨੇ ਕਮਰ ਕੱਸੇ ਨੇ ਤੇ ਸਾਰਿਆਂ ਦੇ ਉੱਤੇ ਪਾ ਦਿਓ, ਪਰ ਮੈਂ ਕੱਲੇ ਆਪਣੇ ਪੁੱਤ ਦੇ ਉੱਤੇ ਕਮਰ ਕੱਸਾ ਨਹੀਂ ਪਾਉਣ ਦੇਣਾ, ਆਪਣੇ ਪੁੱਤ ਦੇ ਉੱਤੇ ਕਮਰ ਕੱਸਾ ਨਹੀਂ ਪਾਉਣ ਦੇਣਾ। ਕਿਉਂ? ਕਿਉਂਕਿ ਮਹਾਰਾਜ ਕਹਿੰਦੇ, ਲੋਕ ਕਹਿਣ ਤਾਂ ਕਹਿਣ ਭਾਵੇਂ ਲੱਖ ਵਾਰੀ ਕਿ ਪੁੱਤ ਮਰਵਾ ਕੇ ਆ ਗਿਆ ਮੈਂ, ਲੋਕ ਕਹਿਣ ਤਾਂ ਕਹਿਣ ਭਾਵੇਂ ਲੱਖ ਵਾਰੀ ਕਿ ਗੜੀ ਨੂੰ ਛੱਡ ਕੇ ਆ ਗਿਆ ਮੈਂ, ਲੋਕ ਭਾਵੇਂ ਮੈਨੂੰ ਰਣ ਤੱਤੇ ਦਾ ਚੋਰ ਸਮਝੇ, ਪਰ ਭਾਈ ਦਇਆ ਸਿੰਘ ਜੀ, ਮੈਂ ਆਉਣ ਵਾਲੇ ਸਿੱਖਾਂ ਕੋਲੋਂ ਇਹ ਨਹੀਂ ਸੁਣਨਾ ਚਾਹੁੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਤ ਹੋਰ ਸਮਝੇ ਤੇ ਸਿੱਖ ਹੋਰ ਸਮਝੇ। ਸੁਣਕਰ ਬਾਤ ਗੁਰੂ ਜੀ ਬੋਲੇ, ਸੁਣ ਭਾਈ ਗੁਰਸਿੱਖਾ, ਧਰਮ ਕੀ ਰਾਹ ਪਰ ਜੋ ਹੈ ਚਲਤੇ, ਨਹੀਂ ਕਫਨ ਕਿਸਮਤ ਮੇਂ ਲਿਖਾ, ਫਿਰ ਏਕ ਕੇ ਸੰਗ ਪਿਆਰ ਜਿਤਾਨਾ, ਜੇ ਕਹੀਂ ਕਾ ਇਨਸਾਫ ਨਹੀਂ, ਬੇਟੋ ਬੇਟੋ ਮੇਂ ਜੋ ਫਰਕ ਸਮਝੇ, ਐਸਾ ਵੀ ਕੋਈ ਬਾਪ ਨਹੀਂ, ਔਰ ਵੀ ਕਿਤਨੇ ਲਾਲ ਹੈ ਮੇਰੇ, ਜਿਨ੍ਹੋਂ ਨੇ ਜਹਾਂ ਸ਼ਹੀਦੀ ਪਾਈ, ਪੁਰਜਾ ਪੁਰਜਾ ਕੱਟ ਮਰੇ, ਪਰ ਦੁਸ਼ਮਣ ਕੋ ਨਾ ਪਿੱਠ ਦਿਖਲਾਈ, ਫਿਰ ਏਕ ਕੇ ਸੰਗ ਪਿਆਰ ਜਿਤਾਨਾ, ਜੇ ਕਹੀਂ ਕਾ ਇਨਸਾਫ ਨਹੀਂ, ਬੇਟੋ ਬੇਟੋ ਮੇਂ ਜੋ ਫਰਕ ਸਮਝੇ, ਐਸਾ ਵੀ ਕੋਈ ਬਾਪ ਨਹੀਂ, ਬੇਟੋ ਬੇਟੋ ਮੇਂ ਜੋ ਫਰਕ ਸਮਝੇ, ਐਸਾ ਵੀ ਕੋਈ ਬਾਪ ਨਹੀਂ। ਸਾਧ ਸੰਗਤ, ਭਾਈ ਦਇਆ ਸਿੰਘ ਨੂੰ ਨਹੀਂ ਪਾਉਣ ਦਿੱਤਾ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ, ਕਫਨ ਕਮਰ ਕੱਸਾ ਨਹੀਂ ਦੇਣ ਦਿੱਤਾ। ਕਹਿੰਦੇ ਸਵੇਰ ਹੋਈ, ਉਸੇ ਚਮਕੌਰ ਸਾਹਿਬ ਦੇ ਕੋਲ ਰਹਿਣ ਵਾਲੀ ਬੀਬੀ ਹਰਸ਼ਰਨ ਕੌਰ ਨੇ ਉਹਨਾਂ 40 ਸਿੰਘਾਂ ਤੇ ਵੱਡੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ, ਕਿਉਂਕਿ ਉਹਨਾਂ ਨੇ ਪਿੰਡਾਂ ਪਿੰਡਾਂ ਦੇ ਵਿੱਚ ਢੰਡੋਰਾ ਪਿੱਟਿਆ ਹੋਇਆ ਸੀ, ਜਿਹੜਾ ਵੀ 40 ਸਿੰਘਾਂ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਕਰੇਗਾ ਉਹਨੂੰ ਜੀਂਦੇ ਜੀ ਮਾਰ ਦਿੱਤਾ ਜਾਵੇਗਾ। ਸੱਚ ਜਾਣਿਓ, ਵਾਰੇ ਵਾਰੇ ਜਾਈਏ ਉਸ ਭੈਣ ਹਰਸ਼ਰਨ ਕੌਰ ਤੋਂ, ਜਿਹਨੂੰ ਪਤਾ ਵੀ ਸੀ ਵੀ ਜੇ ਮੈਂ 40 ਸਿੰਘਾਂ ਤੇ ਵੱਡੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਾਂਗੀ, ਇਹਨਾਂ ਮੁਗਲਾਂ ਨੇ ਮੇਰਾ ਰਹਿਣ ਕੱਖ ਨਹੀਂ ਦੇਣਾ, ਪਰ ਸਾਰੇ ਡਰ ਨੂੰ ਛਿੱਕੇ ਤੇ ਟੰਗ ਕੇ ਉਹ ਭੈਣ ਹਰਸ਼ਰਨ ਕੌਰ ਗਈ। ਕੱਲੇ ਕੱਲੇ ਸਿੰਘ ਦਾ ਸਸਕਾਰ ਕੀਤਾ, ਵੱਡੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ, ਬਾਅਦ ਦੇ ਵਿੱਚ ਉਹਨਾਂ ਮੁਗਲਾਂ ਨੇ ਉਹਨੂੰ ਸ਼ਹੀਦ ਕਰ ਦਿੱਤਾ। ਉਹਨਾਂ ਮੁਗਲਾਂ ਪਹਾੜੀਆਂ ਨੇ ਮਾਤਾ ਬੀਬੀ ਹਰਸ਼ਰਨ ਕੌਰ ਨੂੰ ਸ਼ਹੀਦ ਕਰ ਦਿੱਤਾ। ਸਾਧ ਸੰਗਤ, ਇਹ ਸਾਰੀ ਦਾਸਤਾਨ ਸਾਕਾ ਚਮਕੌਰ ਜੋ ਆਪ ਜੀ ਦੇ ਨਾਲ ਦਾਸ ਨੇ ਸਾਂਝੀ ਕੀਤੀ ਹੈ,
बस एक बेनती है आप सारिया संगतां दे चरणां दे विच मैनू ते समझ नहीं लगती जिस कलगीधर पातशाह ने साडी खातर आनंदपुर छड दिता जिहदे चारे लाल शहीद हो गए जिस धन गुरु गोबिंद सिंह महाराज ने साडी खातर अपना सरबंस वार दिता असी किद्दां उहनू छड के थां थां ते पटक रहे हां। नहीं भागां वालिओ एक कलगीधर पातशाह महाराज दे नाल प्यार पाईए एक धन गुरु गोबिंद सिंह महाराज दे नाल प्यार पाईए प्यो मिल जे कलगीधर वर्गा माता साहिब कौर वर्गी मां मिल जे जिन्हू आनंदपुर साहब वर्गी थां मिल जे उन्हें होर की लैना दुनिया तो सच जाण्यो भागां वालिओ जिन्हू कलगीधर का प्यार मिल गया ना कलगीधर का प्यार सच जाण्यो उन्हू सारा कुछ ही मिल गया। मेरा ही अर है रतन नाम हर बसिया गुर हाथ धरियो मेरे माथा जन्म जन्म के किल बिख दुख उतरे गुर नाम दियो रिन लाथा। धन गुरु गोबिंद सिंह महाराज धन वड्डे साहबजादे धन वह चाली सिंह जिन्हां ने एडी वड्डी कुरबानी की सानू सरदारियां बख्शियां। मैं बेनती करनी चाहुंना जे अज आपां इत्थे सरदारियां माण रहे हां ते इह सरदारियां सानू धन गुरु गोबिंद सिंह महाराज की बदौलत मिलियां ने। सदा ही कलगीधर पातशाह महाराज का शुकराना करिए गुरबाणी पढ़ीए गुरबाणी नाल जुड़िए। कल भी मैं बेनती की सी भी सहज पाठ करिए गुरबाणी नू समझिए जे असी गुरबाणी नू ध्यान नाल पढ़ांगे समझांगे फिर ही असी जिहड़ा है वह वहमां भरमां तो बच सकते हैं। सह संगत मैं बेनती करा कल नू अमृत संचार खंडे बाटे की पौल तैयार होनी है तो मैं ये भी पता लगा भी अजे तक कोई भी ना जिहड़ा है वह नहीं आया अमृत छकन वाले का। आज जिन्हें भी तुम वीर भरा भैं बैठिया हो बड़े प्यार दे नाल बहुत एकाग्रता दे नाल तुसीं कलगीधर पातशाह वड्डे साहबजादियां दा इतिहास सुनिया भी किद्दां उन्हां ने साडी खातर कुरबानियां कीतियां साडी खातर सारा कुछ कीता जी साडी खातर। मकालफ ने बड़ी वधिया गल कही सी मकालफ कहिंदा महाराज तुसीं जन्म ही अकिरत घणा दे देश च लिया जिन्हां ने तुहाडी कीती कुरबानी दा कौडी मुल नहीं पाया महाराज किथे अमरीका दी धरती ते जन्म लिया हुंदा ते सच जाणियो पूरे अमरीका दे गोरे गोरियां नूं कुरबाना पवा देणियां सी अमृत छका के सिंह सजा देना सी। इस गल दे विच कोई शक नहीं वाकई रति भरनी मुल पाया। बड़ा दुख हुंदा है जदों सिर ते दस्तारा ने चेहरे ते सोहना दाड़ा है ते बाणा भी पाया होया है उपरों की कृपाण भी पाई हुई है जदों वह सिख जाके किसी कबर ते किसी समाध ते जां किसी मड़ी मसाणी ते मत्था टेकदा बड़ा दुख लगता है। सह संगत महाराज ते कहिंदे दुबधा ना पढ़ो हर बिन होर ना पूजो मड़े मसाण ना जागत जोत जपै निसबासुर एक बिना मन नैकन आनै पूरन प्रेम प्रतीत सजै ब्रत गौर मड़ी मट भूल ना मन। जिनका दिन मनाते हो उनकी बात भी समझो जिनका दिन मनाते हो उनका अर्शदात भी समझो पहरावे दी सिखी बहुत है पर सच जाण्यो सुरत करके सिख कोई कोई है। वाकई कल भाई साहब ने बड़ी वधिया गल कही सी असी गुरु ग्रंथ साहब नू गुरु कहिंदे आ पर गुरु मनदे नहीं गुरु ग्रंथ साहब नू गुरु कहिंदे आ गुरु मनदे नहीं। सत संगत कलगीधर पातशाह महाराज ने कुरबानी कीती साडी खातर आपां हमेशा ही उन्हां नू याद रखना अमृत छकना है जी कल नू मन बना लो अज अपना ते जिहड़े मेरे वीर भरा अमृत छकना चाहुंदे ने कल दे दीवाना दे विच जरूर खंडे बाटे दी पौल प्राप्त करन अमृत छकन अमृत छक के गुरु वाले बन के अपना जीवन जिहड़ा है सफला बनाउण। सो हुण मेरे बहुत ही सत्कारयोग अति सत्कारयोग भाई गुरदीप सिंह जी जिन्हां ते परमेश्वर की अपार कृपा है बहुत सोहनी कथा बहुत सोहनियां विचारां संगतां दे नाल करदे ने। सो भागां वालिओ हुण डेढ़ वजे तो लैके ढाई वजे तक भाई गुरदीप सिंह जी आप संगतां दे दर्शन करनगे। मैं वीर जी उन्हां नूं बेनती करदा भी उस स्टेज दे उपर आ जाण सतगुरां दी गोद दे विच बैठ के आप संगतां दे नाल विचारां दी सांझ पाउण जी। कथा करदिआं एक नहीं बेअंत बेअंत भुल्लां गलतियां होईआं हन भुल गलतियां दी खेमा गज के प्रवानो जी फतेह वाहिगुरू जी का खालसा वाहिगुरू जी की फतेह। वाहेगुरु जी का खालसा वाहेगुरु जी की फतेह। जिन्हां पासों आपां ने
साहिब श्री गुरु गोबिंद सिंह महाराज जी दे वड्डे साहिबजादियां दा इतिहास सरवण कीता। ये सन भाई साहब भाई हरदीप सिंह जी खालसा जंडाला गुरु के बड़े ही प्यार सत्कार दे नाल इन्होंने वड्डे साहिबजादियां दी शहादत बारे सानू दस्या ते आपां ने सरवण कीता। हुण भाई साहब भाई गुरदीप सिंह जी खालसा कपूरथले वाले सिख संगतां दे नाल गुरमत विचारां करनगे अते भाई हरदीप सिंह जी का बहुत बहुत धन्यवाद जिन्होंने गुरु के लालां बारे सानू इतिहास सरवण करा के साढ़े जीवन के अंदर तब्दीली लियाउण दी इन्होंने बड़ी कोशिश की है। पर असी ने अपने मन में बदलना जी, ये विचारां ये समागम कराए दा तां लाभ है जे असी अपने जीवन नूं बदलांगे। कल नूं खंडे वाटे दा अमृत तैयार होवेगा, सिख संगत अपना मन बना के कल नूं अमृत दी पहल प्राप्त करनी जी। सो दूसरी बेनती यह है जी, जो ये सारा समागम है सिख न्यूज एक्सप्रैस चैनल ते लाइव किया जा रहा है, सो सारे जने इस चैनल नूं सबसक्राइब करके इस यूट्यूब चैनल नूं सबसक्राइब करके ये प्रोग्राम लाइव भी वेख सकते हो जी। सो बेनती नूं प्रवान करना हुण अपने कोल भाई हरदीप सिंह जी खालसा कपूरथले वाले सिख संगतां नूं एक घंटा गुरमत विचारां सरवण कराउणगे। सो सिख संगतां नूं भी बेनती है भाई कि वध तों वध संगतां पंडाल दे विच पहुँच के गुरमत विचारां गुर इतिहास सरवण करो जी। बेनती नूं प्रवान करियो, आओ भाई साहब पासों विचारां सरवण करिए। वाहिगुरु जी का खालसा वाहिगुरु जी की फतेह। ਸਤਨਾਮ ਵਾਹਿਗੁਰੂ ਸਾਹਿਬ ਜੀ ਧੰਨ ਵਾਹਿਗੁਰੂ ਜੀ ਨਾਸਰੋ ਮਨਸੂ